ਸਾਡੇ ਕੋਲ ਗਲਤੀਆਂ ਹੋ ਗਈਆਂ ਜੀ, ਅਸੀਂ ਮੰਨਦੇ ਸਾਡੇ ਕੋਲ ਕਈ ਚੀਜ਼ਾਂ ਗਲਤ ਹੋ ਗਈਆਂ, ਅਸੀਂ ਪੰਜਾਬ ਦੀ ਸਹੀ ਨਬਜ ਨਹੀਂ ਪੜ ਸਕੇ, ਸਾਡੇ ਕੋਲ ਕਈ ਥਾਵਾਂ ਤੇ ਗਲਤ ਕੈਂਡੀਡੇਟ ਦਿੱਤੇ ਗਏ, ਚਲੋ ਜ਼ਿਆਦਾ ਲਾ ਲਓ ਤੁਸੀਂ ਜੀ, ਬਟ ਰੰਧਾਵਾ ਸਾਹਿਬ ਅਸੀਂ ਨਾ ਬੇਈਮਾਨ ਹੈ, ਨਾ ਚੋਰ ਹੈ, ਨਾ ਕਰਪਟ ਹੈ। ਤੁਹਾਡੀ ਇਮਾਨਦਾਰੀ ਉਦੋਂ ਪਰਖਾਂਗੇ ਜਦੋਂ ਤੁਹਾਡੇ ਕੋਲ ਪਾਵਰ ਹੋਊ ਤੇ ਤੁਸੀਂ ਫੈਸਲੇ ਠੀਕ ਕਰੋਗੇ। ਉੱਥੇ ਪਰਖਦੇ, ਮੈਂ ਕਹਿੰਦਾ ਹਜ਼ਾਰ ਖਹਿਰਾ ਸਾਡੇ ਪਾਰਟੀ ਜੀ, ਪਾਰਟੀ ਦਾ ਨੁਕਸਾਨ ਹੁੰਦਾ ਜੀ, ਪਰ ਜੇ ਸਿਧਾਂਤ ਸਹੀ ਹੈ, ਕਮਿਟਮੈਂਟ ਸਹੀ ਹੈ ਤੇ ਲੋਕ ਦੁਬਾਰਾ ਕਾਫਰੇ ਚੜ੍ਹ। ਤੁਸੀਂ ਸਟਰੋਂਗ ਕੈਂਡੀਡੇਟ ਸੀ, ਪਾਰਟੀ ਨੇ ਟਿਕਟ ਨਹੀਂ ਦਿੱਤੀ, ਜਿਆਦਤੀ ਹੋਈ, ਚਲੋ ਕੋਈ ਨਹੀਂ, ਜਿਆਦਤੀ ਗੱਲ ਇਹ ਕਿ ਅਸੀਂ ਲੰਬੀਆਂ ਰੇਸਾਂ ਵਾਲੇ ਘੋੜੇ, ਇੱਕੋ ਇੱਕ ਚੀਫ ਮਿਨਿਸਟਰ ਆਇਆ ਦਿੱਲੀ ਦਾ, ਇਹਨੇ ਜੋ ਵਾਅਦੇ ਕੀਤੇ ਲੋਕਾਂ ਨਾਲ ਉਹ ਦਿੱਲੀ ਵਿੱਚ ਪੂਰੇ ਕੀਤੇ। ਲੇਕਿਨ 200% ਨੰਬਰ ਲੈ ਕੇ ਪਾਸ ਹੋਣ ਵਾਲਾ ਪੰਜਾਬ ਦੇ ਵਿੱਚ 0 ਤੇ ਫੇਲ ਹੋ ਗਿਆ। ਅਸੀਂ ਚੋਰ ਨਹੀਂਗੇ, ਮੇਰੀ ਪਹਿਲੀ ਗੱਲ, ਬਿਲਕੁਲ ਠੀਕ ਹੈ, ਅਸੀਂ ਚੋਰ ਨਹੀਂ, ਡਾਕੇ ਨਹੀਂ ਮਾਰਦੇ, ਗਲਤੀ ਇੱਕ ਹੁੰਦੀ ਹੈ, ਕੋਈ ਗੱਲ ਨਹੀਂ, ਗਲਤੀਆਂ ਦਾ ਸਿਲਸਿਲਾ ਹੀ ਬਣਿਆ ਰਿਹਾ, ਕੋਈ ਗੱਲ ਹੁਣ ਤੱਕ ਜਿਹੜੇ ਤੁਹਾਡੇ 20 ਸੀ 20 ਵੀ ਇਕੱਠੇ ਨਾ ਰਹਿ ਸਕੇ, ਪਰ ਤੁਸੀਂ ਗੱਲ ਤੇ ਦਿੱਲੀ ਦੀ ਕਰ ਦਿਓ, ਆਓ ਤੁਹਾਨੂੰ ਦਿੱਲੀ ਦਾ ਵਿਖਾਈਏ, ਆਓ ਤੁਹਾਨੂੰ ਦਿੱਲੀ, ਪੰਜਾਬ ਦੀ ਮਾਨਸਿਕਤਾ ਹੋਰ, ਪੰਜਾਬ ਦੇ ਮੁੱਦੇ ਹੋਰ, ਪੰਜਾਬ ਦੇ ਲੋਕਾਂ ਦੇ ਝਮੇਲੇ ਹੋ, ਤੁਸੀਂ ਦਿੱਲੀ ਦੀਆਂ ਸੜਕਾਂ ਜਾਂ ਦਿੱਲੀ ਦੀ ਬਿਜਲੀ ਨਾਲ ਸਾਨੂੰ ਪਹੁੰਚਾ ਨਹੀਂ ਸਕਦੇ। ਪੰਜਾਬ ਦਾ ਦਖਾਂਤ ਕੀ ਹੈ? ਇਹੀ ਹੈ ਪੰਜਾਬ ਦਾ ਦਖਾਂਤ, ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਾਂਗਰਸੀ ਬਣ ਜਾਂਦੇ, ਅਕਾਲੀ ਬਣ ਜਾਂਦੇ ਆ, ਕਾਂਗਰਸ ਬਣ ਜਾਂਦੇ ਆ, ਆਪ ਵਾਲੇ ਬਣਦੇ ਆ, ਇਹ ਪੰਜਾਬੀ ਨਹੀਂ ਬਣਦੇ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਤੇ ਮੈਂ ਹਾਂ ਹਰਜਿੰਦਰ ਸਿੰਘ ਰੰਧਾਵਾ। ਦੋਸਤੋ, ਪਾਰਲੀਮੈਂਟ ਇਲੈਕਸ਼ਨ ਦਾ ਬਿਗਲ ਵੱਜਿਆ ਔਰ ਪੰਜਾਬ ਦੇ ਵਿੱਚ ਵੀ ਮਾਰਾਮਾਰੀ ਸ਼ੁਰੂ ਹੋ ਗਈ ਹੈ, ਲੇਕਿਨ ਮੇਰੇ ਨਾਲ ਜਿਹੜੀ ਸ਼ਖਸੀਅਤ ਹੈ ਮੈਂ ਉਹਨਾਂ ਨੂੰ ਤੁਹਾਡੇ ਨਾਲ ਮਨਾਉਣ ਤੋਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਗਦੇਵ ਸਿੰਘ ਜੱਸੋਵਾਲ ਸਿਆਸਤ ਕਰਦੇ ਕਰਦੇ ਮੇਲੇ ਲਾਉਣ ਲੱਗ ਗਏ ਤੇ ਇਹ ਹਸਤੀ ਜਿਹੜੀ ਹੈ ਇਹ ਮੇਲੇ ਲਾਉਂਦੇ ਲਾਉਂਦੇ ਸਿਆਸਤ ਵੱਲ ਆ ਗਏ। ਸੋ ਮੇਰੇ ਨਾਲ ਨੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਵੀ ਨੇ ਔਰ ਕੋਰ ਕਮੇਟੀ ਦੇ ਮੈਂਬਰ ਨੇ। ਇਸ ਤੋਂ ਇਲਾਵਾ ਇਹਨਾਂ ਦੇ ਬੜੇ ਵਿਸ਼ੇਸ਼ਣ ਨੇ, NRI 13 ਸਾਲ ਲਗਭਗ ਕੈਨੇਡਾ 'ਚ ਰਹੇ ਔਰ ਉੱਥੋਂ ਸਰੈਂਡਰ ਕਰਕੇ ਸਿਟੀਜ਼ਨਸ਼ਿਪ ਦੇ ਪੰਜਾਬ 'ਚ ਆਏ। ਪੰਜਾਬ ਦੀ ਮਿੱਟੀ ਨਾਲ ਇਹਨਾਂ ਨੂੰ ਬੜਾ ਮੋਹ ਹੈ। ਮੈਂ ਜ਼ਿਆਦਾ ਸਿਫਤਾਂ ਨਾ ਕਰਾਂ ਕਿਉਂਕਿ ਚੋਣ ਮੌਸਮ ਦੇ ਵਿੱਚ ਮੈਨੂੰ ਇੰਝ ਲੱਗਦਾ ਹੈ ਕਿ ਅਸੀਂ ਅਲਾਰੂ ਗੱਲ ਨਾ ਕਰੀਏ। ਵੈਸੇ ਧਾਲੀਵਾਲ ਸਾਹਿਬ, ਜਦੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਲੋਕਾਂ 'ਚ ਬੜਾ ਜੋਸ਼ ਸੀ ਔਰ ਲੋਕ ਪਾਰਟੀਆਂ ਛੱਡ ਕੇ ਆ ਰਹੇ ਸੀ ਔਰ ਬੜੇ ਇਲਜ਼ਾਮ ਲੱਗਦੇ ਸੀ ਵੀ ਪੈਸੇ ਚੱਕੀ ਫਿਰਦੇ ਆ, ਟਿਕਟ ਦੇ ਦਿਓ, ਕਿਉਂਕਿ ਉਦੋਂ ਇੰਝ ਲੱਗਦਾ ਸੀ ਕਿ ਸਰਕਾਰ ਆ ਗਈ ਆ ਗਈ ਆ ਗਈ 17 ਦੇ ਵਿੱਚ, ਹੁਣੇ ਦੀ ਗੱਲ ਕਰਦੇ। ਔਰ ਤੁਸੀਂ ਰਾਜਾ ਸਾਂਸੀ ਤੋਂ ਤਗੜੇ ਦਾਅਵੇਦਾਰ ਸੀ MLA-ship ਦੇ ਕੈਂਡੀਡੇਚਰ ਦੇ ਔਰ ਤੁਹਾਨੂੰ ਜਿਹੜਾ ਇਹਨਾਂ ਨੇ ਟਿਕਟ ਨਹੀਂ ਦਿੱਤੀ ਔਰ ਤੁਸੀਂ ਪਾਰਟੀ ਵੀ ਨਹੀਂ ਛੱਡੀ, ਵਫ਼ਾਦਾਰ ਰਹੇ, ਬੜੇ ਲੋਕ ਸੀ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਔਰ ਛੱਡ ਕੇ ਚਲੇ ਗਏ। ਅੱਜ ਮੁਸ਼ਕਿਲ ਦੌਰ ਦੇ ਵਿੱਚ ਤੁਸੀਂ ਅੰਮ੍ਰਿਤਸਰ ਵਰਗੀ ਕਰੂਸ਼ਲ ਸੀਟ ਦੇ ਉੱਤੇ ਮੈਂਬਰ ਪਾਰਲੀਮੈਂਟ ਇਲੈਕਸ਼ਨ ਜਿਹੜੀ ਹੈ ਇਹ ਹੋਣੀ ਹੈ, ਉਹ ਲੜਨ ਜਾ ਰਹੇ ਹੋ ਤੇ ਕੀ ਮਨ ਦੇ ਵਿੱਚ ਫੀਲਿੰਗ ਕੀ ਨੇ? ਮੁਸ਼ਕਿਲ ਹਾਲਾਤ ਦੇ ਵਿੱਚ ਪਾਰਟੀ ਦਾ ਸਾਥ ਦੇ ਰਹੇ ਹੋ? ਬਿਲਕੁਲ, ਅਸੀਂ ਗੱਲ ਪਹਿਲੀ ਗੱਲ ਤੇ ਰੰਧਾਵਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਪੰਜਾਬ ਟੈਲੀਵਿਜ਼ਨ ਦੇ ਉੱਤੇ ਟਾਈਮ ਦਿੱਤਾ, ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਦੇ ਰੂਬਰੂ ਕਰ ਰਹੇ ਹੋ। ਤੁਸੀਂ ਆਪਣੇ ਇੱਕੋ ਸਵਾਲ 'ਚ 3-4 ਸਵਾਲ ਜਿਹੜੇ ਕਰਤੇ, ਪਹਿਲਾ ਸਵਾਲ ਕੀਤਾ ਤੁਸਾਂ ਕਿ ਮੇਲੇ ਛੱਡ ਕੇ ਅਸੀਂ ਸਿਆਸਤ ਕਰਦੇ ਜੀ ਜੀ, ਪਰ ਮੈਂ ਮੇਲਾ ਛੱਡਿਆ ਨਹੀਂ, ਮੇਲਾ ਅਸੀਂ ਲਾਉਂਦੇ ਹਾਂ ਜੀ। ਹਾਸ਼ਮ ਦੇ ਜੱਦੀ ਪਿੰਡ 'ਚ ਆਪਾਂ ਜੰਮੇ ਹਾਂ ਜੀ, ਅਤੇ ਹਾਸ਼ਮ ਜਦੋਂ ਮੈਨੂੰ ਕੋਈ ਲੋਕ ਪੁੱਛਦੇ ਆ ਤੇਰੀ ਕੁਆਲੀਫਿਕੇਸ਼ਨ ਕੀ ਹੈ ਜੀ, ਤੇ ਮੈਂ ਹਮੇਸ਼ਾ ਇੱਕ ਹੀ ਕਹਿੰਦਾ ਕਿ ਮੇਰੀ ਇੱਕੋ ਕੁਆਲੀਫਿਕੇਸ਼ਨ ਹੈ ਕਿ ਮੈਂ ਹਾਸ਼ਮ ਸ਼ਾਹ ਦੇ ਪਿੰਡ 'ਚ ਜਾਣਾ ਜੀ। ਇਸ ਕਰਕੇ ਅਸੀਂ ਹਰ ਸਾਲ ਮੇਲਾ ਜਿਹੜਾ ਉਹ ਅੱਜ ਵੀ ਲਾਉਂਦੇ ਹਾਂ ਜੀ। ਅੱਜ ਥੋੜ੍ਹਾ ਜਿਹਾ ਕਿ ਜਿਹੜਾ ਇਹ ਕੰਪਿਊਟਰ ਦਾ ਯੁੱਗ ਆਇਆ ਜੀ, ਇਹਦੇ ਨਾਲ ਸੋਸ਼ਲ ਮੀਡੀਆ ਆਇਆ ਜੀ, ਇਹਦੇ ਨਾਲ ਥੋੜ੍ਹਾ ਜਿਹਾ ਮੇਲਿਆਂ ਦੀ ਪੰਜਾਬ 'ਚ ਕਰੇਜ਼ ਘਟੀ ਅੱਗੇ, ਅੱਗੇ ਨਾ ਫਰਕ ਪਿਆ, ਪਰ ਅਸੀਂ ਲਾਉਂਦੇ ਹਾਂ। ਦੂਜਾ ਤੁਸੀਂ ਸਵਾਲ ਇਹ ਕੀਤਾ ਕਿ ਆਪਾਂ ਇਹਨਾਂ ਦਾ ਹੀ ਸੀਗੇ, ਮੈਂ ਤੁਸੀਂ ਕੈਨੇਡਾ ਕਹਿ ਕੇ, ਮੈਂ ਅਮਰੀਕਾ ਦੇ ਵਿੱਚ ਸਿਟੀਜ਼ਨ ਸੀ, ਅਮਰੀਕਾ ਸੀ, ਕੈਲੀਫੋਰਨੀਆ ਮੇਰਾ ਪਰਿਵਾਰ ਹੈ, ਅਤੇ ਮੈਂ ਉਹ ਪਾਰਟੀ ਕਰਕੇ ਆਪਣੀ ਸਿਟੀਜ਼ਨਸ਼ਿਪ ਜਿਹੜੀ ਜੀ, ਬੜਾ ਤੁਹਾਨੂੰ ਪਤਾ ਇਸ ਵੇਲੇ ਪੰਜਾਬ ਦੇ ਵਿੱਚ ਬੜੀ ਹੋੜ ਲੱਗੀ ਸਾਰੇ ਕਿਤੇ ਬਾਹਰ ਚੱਲ, ਪਹਿਲਾਂ ਵੀ ਤੇ ਹੋੜ ਲੱਗੀ ਤੇ ਬੜਾ ਲੋਕ ਜਹਾਜ਼ਾਂ ਦੇ ਚੜ੍ਹਨ ਤੇ ਕਾਲੇ ਆ ਜੀ, ਤੇ ਮੈਂ ਕੈਲੀਫੋਰਨੀਆ ਦੀ ਸਟੇਟ ਛੱਡ ਕੇ ਵਾਪਸ ਇਕੱਲਾ ਆਪਣਾ ਪਰਿਵਾਰ ਉੱਥੇ ਆ, ਤੇ ਪਾਰਟੀ ਲਈ ਮੈਂ ਕੁੱਲ ਵਕਤੀ ਜਿਹੜਾ ਕੰਮ ਕਰ। ਤੀਜਾ ਸਵਾਲ ਤੁਸੀਂ ਕੀਤਾ ਕਿ ਜਦੋਂ ਪੂਰਾ ਜਵਾਨੀ ਦਾ ਜਦੋਂ ਜੋਸ਼ ਸੀ ਪਾਰਟੀ ਦਾ ਤੇ ਉਦੋਂ ਤੁਹਾਨੂੰ ਟਿਕਟ ਨਹੀਂ ਦਿੱਤੀ ਰਾਜ ਸਾਂਸੀ ਤੋਂ, ਇਹ ਸੱਚ ਸੀਗਾ, ਪਰ ਮੈਂ ਉਦੋਂ ਵੀ ਮਤਲਬ ਪਾਰਟੀ ਨੂੰ ਨਾ ਕੁਛ ਲੋਕਾਂ ਨੂੰ ਪਤਾ ਨਹੀਂ ਸੀਗਾ ਜੀ, ਅਸੀਂ 7 ਕੈਂਡੀਡੇਟ ਸੀਗੇ ਜੀ ਰਾਜਾ ਸਾਂਸੀ ਹਲਕੇ ਤੋਂ ਪਾਰਟੀ ਦੀ ਜੀ, ਜਿਨ੍ਹਾਂ ਨੇ ਉਸ ਸਮੇਂ ਗੁਰਦੁਆਰੇ 'ਚ ਬਹਿ ਕੇ ਜੀ, ਇੱਕ ਸੌੜੀਆਂ ਪਿੰਡ ਹੈ ਜੀ, ਉੱਥੇ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ,
ਅਸੀਂ ਉੱਥੇ ਬੈਠ ਕੇ ਸੱਤਾਂ ਕੈਂਡੀਡੇਟਾਂ ਨੇ ਲਿਖ ਕੇ ਪਾਰਟੀ ਨੂੰ ਦਿੱਤਾ ਕਿ ਜਿਹਨੂੰ ਟਿਕਟ ਦੇ ਦੋਗੇ ਹੀ ਉਹਦੇ ਨਾਲ ਜੀ ਤੇ ਮਤਲਬ ਚਲੋ ਮੈਂ ਅਮਰੀਕਾ ਤੋਂ ਆਇਆ ਸੀਗਾ ਮੇਰਾ ਪੁਰਾਣਾ ਬੇਸ ਸੀਗਾ ਇਸ ਇਲਾਕੇ ਦੇ ਤੁਸੀਂ ਤੁਸੀਂ ਸਟਰੋਂਗ ਕੈਂਡੀਡੇਟ ਸੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਨਹੀਂ ਦਿੱਤੀ ਜਿਆਦਤੀ ਹੋਈ ਚਲੋ ਕੋਈ ਨਹੀਂ ਜਿਆਦਤੀ ਗੱਲ ਇਹ ਕਿ ਅਸੀਂ ਲੰਮੀਆਂ ਰੇਸਾਂ ਵਾਲੇ ਘੋੜੇ ਲੇਕਿਨ ਨੁਕਸਾਨ ਉਹਦਾ ਹੋਇਆ ਨੁਕਸਾਨ ਪਾਰਟੀ ਨੂੰ ਹੋਇਆ ਕੈਂਡੀਡੇਟ ਕਮਜ਼ੋਰ ਦਿੱਤਾ ਔਰ ਸ਼ਾਇਦ ਮੈਨੂੰ ਲੱਗਦਾ ਕਿ ਉਹ ਅਜੇ ਵੀ ਲੋਕਾਂ ਨੂੰ ਯਾਦ ਹੋਣਾ ਕਿ ਉਸ ਬੰਦੇ ਦਾ ਚਿਹਰਾ ਜਿਹੜਾ ਸੀ ਉਹ ਖਾਲਸਾਈ ਦਿੱਖ ਸੀਗੀ ਮੈਨੂੰ ਲੱਗਦਾ ਪਾਰਟੀ ਕਿਤੇ ਉਦੋਂ ਵੀ ਗਲਤ ਫੈਸਲੇ ਲੈ ਗਈ ਉਹ ਦੇ ਨਹੀਂ ਗਲਤ ਫੈਸਲੇ ਇੱਕ ਕਰਕੇ ਲੈ ਗਏ ਕਿ ਜਿਹੜਾ ਰਾਜਾ ਸਾਹਿਬ ਸੀ ਹਲਕਾ ਨਾ ਜੀ ਇਸ ਹਲਕੇ ਦੇ ਵਿੱਚ ਭਾਜੀ ਲੈਫਟ ਮੂਵਮੈਂਟ ਰਹੀ ਬਹੁਤ ਜ਼ਿਆਦਾ ਬਹੁਤ ਰਹੀ ਕਾਮਰੇਡ ਬਹੁਤ ਹੈ ਅੱਜ ਵੀ ਦਲੀਪ ਸਿੰਘ ਟਪਿਆਲਾ ਫੌਜਾ ਸਿੰਘ ਪੁੱਲ ਸਿੰਘ ਸ਼ੀਨਾ ਬਲਦੇਵ ਮਾਨ ਬੜੀ ਬੜੀ ਕਮਿਊਨਿਸਟ ਮੂਵਮੈਂਟ ਰਹੀ ਉਹਨਾਂ ਕੋਲ ਫੈਸਲਾ ਗਲਤ ਹੋ ਗਿਆ ਮੈਨੂੰ ਲੱਗਦਾ ਸੀ ਕਿ ਮੇਰੀ ਟਿਕਟ ਕੱਟਣ ਨਾਲੋਂ ਜਿਹੜਾ ਉਹਨਾਂ ਕੈਂਡੀਡੇਟ ਦਿੱਤਾ ਉੱਥੇ ਉਹ ਗਲਤ ਦਿੱਤਾ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਕਿਹੜੇ ਕਿਹੜੇ ਥਾਂ ਤੇ ਕਿਹੜਾ ਮਤਲਬ ਆਪਾਂ ਕਿਉਂਕਿ ਆਪਾਂ ਤੇ ਪਾਰਟੀ ਦੇ ਨਾਲ ਖੜੇ ਸੀਗੇ ਅੱਜ ਵੀ ਲੋਕ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਲੋਕਾਂ ਦੀ ਦਿਲੀ ਖਾਹਿਸ਼ ਸੀਗੀ ਬੜੇ ਸਾਲਾਂ ਦੀ ਕਿ ਪੰਜਾਬ 'ਚ ਤਬਦੀਲੀ ਆਵੇ ਔਰ ਤਬਦੀਲੀ ਜਿਹੜੀ ਆ ਉਹ ਆਉਂਦੀ ਗਲਤ ਫੈਸਲਿਆਂ ਨੇ ਰੋਕ ਲਈ ਹੁਣ ਜਦੋਂ ਕਿਤੇ ਮੰਥਨ ਕਰਦੇ ਹੋ ਤਕਲੀਫ਼ ਦੇ ਵੇਲੇ ਹੁਣ ਕਿਉਂਕਿ ਪਾਰਟੀ ਦਾ ਡਾਊਨਫਾਲ ਵੀ ਰਿਹਾ ਪਿਛਲੇ ਦਿਨਾਂ ਜਦੋਂ ਕਿਤੇ ਬਹਿੰਦੇ ਹੋ ਸਿਰ ਜੋੜਦੇ ਹੋ ਆਪਸ ਵਿੱਚ ਗੱਲ ਨਹੀਂ ਕਰਦੇ ਯਾਰ ਜੇ ਉਦੋਂ ਥੋੜਾ ਜਿਹਾ ਸਮਝ ਨਾਲ ਚੱਲਦੇ ਔਰ ਜਿਹੜੇ ਲੀਡਰਸ਼ਿਪ ਸੀ ਭਗਵੰਤ ਮਾਨ ਦੇ ਤੁਸੀਂ ਕਰੀਬੀ ਹੋ ਪਰ ਭਗਵੰਤ ਮਾਨ ਨਾਲ ਸਾਡੇ ਵੀ ਤਾਲੁਕਾਤ ਹੈ ਮੈਨੂੰ ਪਤਾ ਹੈ ਕਿ ਅੱਜ ਵੀ ਇਹ ਇਲਜ਼ਾਮ ਆਉਂਦਾ ਹੈ ਕਿ ਕਈ ਲੋਕਾਂ ਦੀ ਹੋਮੇ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਹੁਣ ਜਦੋਂ ਮੰਥਨ ਕਰਦੇ ਹੋ ਕਿਤੇ ਗਲਤੀਆਂ ਕੋਈ ਮੰਨਦੇ ਨੇ ਬੰਦੇ ਕਿ ਨਹੀਂ ਵੇਖੋ ਗੱਲ ਪਤਾ ਕੀ ਹੈ ਦਵਾਸਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਅਸੀਂ ਜਿਹੜੇ ਪੰਜਾਬੀ ਹੈ ਜੀ ਮੈਂ ਇਹ ਨੋਟ ਕਰਦਾ ਵੀ ਮੈਂ ਅਸੀਂ ਸ਼ਬਦ ਯੂਜ਼ ਕਰ ਜੀ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਪੰਜਾਬੀ ਬੜੀ ਕਾਹਲੀ ਨਾਲ ਆਪਣੀ ਗਲਤੀ ਨੂੰ ਦੂਜੇ ਤੇ ਸੁੱਟਦੇ ਨੇ ਬਿਲਕੁਲ ਇਹ ਸਾਡੀ ਫਿਤਰਤ ਹੈ ਸਾਰਿਆਂ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਹਾਂਜੀ ਪਰ ਮੈਂ ਅੱਜ ਵੀ ਇਹ ਗੱਲ ਮੰਨਦਾ ਜੀ ਕਿ ਮੇਰੇ ਕੋਲ ਗਲਤੀ ਕਿੱਥੇ ਹੋਈ ਜੀ ਵੀ ਜਦ ਮੈਂ ਗਲਤੀ ਕਿੱਥੇ ਕੀਤੀ ਮਤਲਬ ਮੈਂ ਆਪਣੇ ਪਿੰਡ ਜਦੋਂ 17 ਦੀਆਂ ਵੋਟਾਂ ਪੈਂਦੀਆਂ ਸੀ ਜੀ ਤੇ ਮੈਂ ਮਿਥਿਆ ਸੀ ਕਿ 1100 ਵੋਟ ਪਊਗੀ ਸਾਨੂੰ ਪਿੰਡ 'ਚ ਅੱਛਾ 850 ਵੋਟ ਪਈ 855 ਵੋਟਾਂ ਪਈ ਹਾਲੇ ਹੀ ਕਾਂਗਰਸ ਵਧਾਤੀ ਆਪਣੇ ਵੱਲੋਂ ਜੀ ਬਟ ਮੈਂ ਮੁੜ ਕੇ ਬੈਠ ਕੇ 2-3 ਦਿਨ ਮੰਥਨ ਕਰਦਾ ਰਿਹਾ ਕਿ ਯਾਰ ਮੇਰੇ ਕੋਲ ਕਿਤੇ ਕਿਤੇ ਗਲਤੀ ਹੋ ਗਈ ਵੀ ਮੈਂ ਕੈਲਕੂਲੇਟ ਇਹ ਕੀਤਾ ਸੀ ਤੇ ਮੇਰੀਆਂ ਵੋਟਾਂ ਘੱਟ ਗਈਆਂ ਬਿਲਕੁਲ ਬਿਲਕੁਲ ਅਸਲ 'ਚ ਅਜੇ ਵੀ ਪਾਰਟੀ ਦੇ ਵਿੱਚ ਇਹ ਪ੍ਰੋਬਲਮ ਹੈ ਅਜੇ ਵੀ ਮਤਲਬ ਜੋ ਮੈਂ ਫੀਲ ਕਰਦਾ ਮੈਂ ਕੋਰ ਕਮੇਟੀ 'ਚ ਹਾਂ ਮੈਂ ਬਹੁਤ ਕੇਜਰੀਵਾਲ ਜੀ ਨਾਲ ਮਹੀਨੇ 'ਚ ਦੋ ਵਾਰ ਇੱਕ ਵਾਰ ਮਿਲਣ ਦਾ ਮੌਕਾ ਮਿਲਦਾ ਮਤਲਬ ਖੁੱਲੇ ਮਨ ਨਾਲ ਕੋ ਐਡਮਿਟ ਅਜੇ ਵੀ ਕਰਨ ਨੂੰ ਤਿਆਰ ਨਹੀਂ ਕੁਛ ਲੋਕ ਤੇ ਕਰਦੇ ਆ ਜੀ ਪਰ ਅਜੇ ਵੀ ਕੁਝ ਲੋਕ ਆਪਣੀਆਂ ਉਹ ਕਮਜ਼ੋਰੀਆਂ ਨੂੰ ਛਿਪਾਉਂਦੇ ਨਾ ਦੂਜਿਆਂ ਤੇ ਸੁੱਟ ਦਿੰਦੇ ਆ ਇੱਕ ਸਵਾਲ ਮੈਂ ਹੋਰ ਕਰਨਾ ਹੈ ਅਜੇ ਵੀ ਦੇਸ਼ ਦੀ ਜਨਤਾ ਕਿਤੇ ਸਮਝਦੀ ਸੀ ਜਦੋਂ ਜੰਤਰ ਮੰਤਰ ਦੀਆਂ ਗੱਲਾਂ ਹਨਾ ਰਾਮਲੀਲਾ ਮੈਦਾਨ ਦੇ ਵਿੱਚ ਅੰਨਾ ਮੂਵਮੈਂਟ ਲੋਕਾਂ ਨੇ ਦੇਖਿਆ ਕਿ ਦੇਸ਼ ਬਦਲ ਜਾਊਗਾ ਇੱਕ ਮੂਵਮੈਂਟ ਬਣ ਰਹੀ ਆ ਜਿਹੜੇ ਲੋਕ ਸਮਰਪਣ ਵਾਲੇ ਲੋਕ ਆ ਕੇਜਰੀਵਾਲ ਨੂੰ ਲੋਕਾਂ ਨੇ ਨਾਇਕ ਵਜੋਂ ਸਵੀਕਾਰ ਕੀਤਾ ਤਸਲੀਮ ਕੀਤਾ ਲੇਕਿਨ ਹੌਲੀ ਹੌਲੀ ਹਾਲਾਤ ਇਸ ਦਿਸ਼ਾ ਨੂੰ ਬਣੇ ਕਿ ਉਹ ਬੜੀਆਂ ਚੀਜ਼ਾਂ ਤੋਂ ਪਿੱਛੇ ਹਟ ਗਿਆ ਬੰਦਾ ਕਦੇ ਤੁਸੀਂ ਇਹ ਅਹਿਸਾਸ ਕਰਾਉਂਦੇ ਹੋ ਉਹਨੂੰ ਇੱਕ ਸਾਡੇ ਪੰਜਾਬੀ ਦਾ ਨਾਇਕ ਨੂੰ ਮੰਨਦੇ ਤੁਹਾਨੂੰ ਪਤਾ ਹੀ ਹੈ ਸਾਡੇ ਪੰਜਾਬੀ ਉਹਦੇ ਵੱਲ ਤੁਰਦੇ ਆ ਜਿਹਨੂੰ ਯੋਧਾ ਮੰਨਦੇ ਉਹਦੇ ਪਿੱਛੇ ਭੱਜਦੇ ਜਦੋਂ ਇਹ ਵਾਡਰਾਂ ਦੇ ਖਿਲਾਫ ਸੀ ਜਦੋਂ ਇਹ ਅੰਬਾਨੀਆਂ ਦੇ ਖਿਲਾਫ ਗੱਲ ਕਰਦਾ ਸੀ ਜਦੋਂ ਇਹ ਬੰਦਾ ਵੱਡੇ ਵੱਡੇ ਧਨੰਤਰਾਂ ਦੇ ਖਿਲਾਫ ਯੁੱਧ ਲੜਨ ਨੂੰ ਤਿਆਰ ਸੀ ਮੋਦੀ ਦੇ ਉਦੋਂ ਪੰਜਾਬ ਦੇ ਲੋਕਾਂ ਨੇ ਇਹਨੂੰ 4 ਸੀਟਾਂ ਦਿੱਤੀਆਂ ਜਿਹੜੀ ਇਲੈਕਸ਼ਨ ਤੁਸੀਂ ਹੁਣ ਲੜਨ ਲੱਗੇ ਹੋ ਉਦੋਂ ਮੇਰੇ ਖਿਆਲ 5 ਦਰਜਨ ਵਾਂਗ MLA ਦੇ ਹਲਕੇ ਜਿਹੜੇ ਜਿੱਤੇ ਸੀ ਤੇ 4 MP ਤੁਹਾਡੇ ਬਣ ਕੇ ਗਏ ਬਹੁਤੇ ਜਿਹੜੇ ਸੀ ਉਹ ਵੀ ਵੱਡੇ ਵੱਡੇ ਜਿਹੜੀਆਂ ਵੋਟਾਂ ਲੈ ਕੇ ਗਏ ਔਰ ਇਹ ਇਹ ਅਜੇ ਵੀ ਸਮੱਸਿਆ ਤੁਹਾਨੂੰ ਲੱਗਦੀ ਜਾਂ ਕੇਜਰੀਵਾਲ ਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਯਾਰ ਮੇਰੇ ਤੇ ਲੋਕਾਂ ਦੀਆਂ ਆਸ਼ਾਵਾਂ ਇੰਨੀਆਂ ਸੀ ਲੇਕਿਨ ਮੈਂ ਪੂਰੀਆਂ ਨਹੀਂ ਕਰ ਪਾਇਆ ਇੱਕ ਮੂਵਮੈਂਟ ਫੇਲ ਹੋ ਗਈ ਇੱਥੇ ਪਹਿਲੀ ਗੱਲ ਤਾਂ ਮੂਵਮੈਂਟ ਫੇਲ ਨਹੀਂ ਹੋਈ ਜੀ ਦੂਜੀ ਗੱਲ ਜਿਹੜੀ ਸਮਝਣ ਵਾਲੀ ਗੱਲ ਜੀ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੀ ਪਾਰਟੀ ਦੀ ਉਮਰ ਹੈ 5 ਸਾਲ ਬਿਲਕੁਲ ਪਹਿਲੀ ਗੱਲ ਸਾਡੀ ਪਾਰਟੀ ਦੇ ਅੰਦਰ ਆਏ ਲੋਕ ਪੜ੍ਹੇ ਲਿਖੇ ਡਾਕਟਰ ਇੰਜੀਨੀਅਰ ਬਹੁਤ ਲੋਕ ਬਹੁਤ ਅੱਛੇ ਆਏ ਅੱਛੇ ਲੋਕ ਬਟ ਸਾਡੀ ਪਾਰਟੀ ਦੀ ਇੱਕ ਕਮਜ਼ੋਰੀ ਸੀ ਕਿ ਸਾਡੇ ਕੋਲ ਪੋਲੀਟੀਕਲ ਮੈਚੁਰ ਮਟੀਰੀਅਲ ਬਹੁਤ ਘੱਟ ਸੀ ਦੂਜੀ ਗੱਲ ਐਂਬੀਸ਼ਨ ਜ਼ਿਆਦਾ ਸੀ ਖਾਸ਼ਾ ਜ਼ਿਆਦਾ ਲੋਕ ਲੈ ਕੇ ਆ ਗਏ ਲਾਗ ਜ਼ਿਆਦਾ ਲੈ ਕੇ ਆ ਗਏ ਦੂਜੀ ਗੱਲ ਕੀ ਹੋਇਆ ਜਿਹੜੇ ਪੜ੍ਹੇ ਲਿਖੇ ਤੇ ਇਦਾਂ ਦੇ ਲੋਕ ਇਹਨਾਂ ਨੂੰ ਲੱਗਾ ਕਿ ਕਦੇ ਐਸੇ ਹੀ ਸਿਸਟਮ ਚੇਂਜ ਹੋ ਜਾਣਾ ਹਾਂ ਐਕਚੁਅਲੀ ਇਹ ਜੰਗ ਬੜੀ ਲੰਬੀ ਹੈ ਲੋਕ ਕਾਲੇ ਬੜੇ ਸੀ ਦੂਜੀ ਗੱਲ ਕੇਜਰੀਵਾਲ ਨੇ ਜਿਹੜੇ ਦਿੱਲੀ ਦੇ ਲੋਕਾਂ ਨਾਲ ਵਾਅਦੇ ਕੀਤੇ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਅਸੀਂ 2 ਥਾਂ ਤੇ ਆਏ ਇਲੈਕਸ਼ਨ ਲੜ ਕੇ ਜੀ ਦਿੱਲੀ ਚ ਅਸੀਂ ਰਾਜ ਕਰ ਰਹੇ ਸਾਡੀ ਪਾਰਟੀ ਦੀ ਸਰਕਾਰ ਹੈ ਪੰਜਾਬ ਚ ਅਸੀਂ ਵਿਰੋਧੀ ਧਿਰ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ 72 ਸਾਲ ਦੀ ਆਜ਼ਾਦੀ ਤੋਂ ਬਾਅਦ ਜੀ ਬਹੁਤ ਸਾਰੇ ਨਿਊਜ਼ ਪੇਪਰਾਂ ਨੇ ਲਿਖਿਆ ਕਿ ਇੱਕੋ ਇੱਕ ਚੀਫ ਮਿਨਿਸਟਰ ਆਇਆ ਦਿੱਲੀ ਦਾ ਪੂਰੇ ਇੰਡੀਆ ਦਾ ਜਿੰਨੇ ਜੋ ਵਾਅਦੇ ਕੀਤੇ ਲੋਕਾਂ ਨਾਲ ਉਹ ਦਿੱਲੀ ਦੇ ਵਿੱਚ ਪੂਰੇ ਕੀਤੇ ਅੱਜ ਵੀ ਦਿੱਲੀ ਦੇ ਵਿੱਚ ਜੋ ਲਫ਼ਜ਼ ਤੁਸੀਂ ਕਹੇ ਆ ਅੰਬਾਨੀਆਂ ਨਾਲ ਅਡਾਨੀਆਂ ਨਾਲ ਸਭ ਲੋਕਾਂ ਨਾਲ ਤੁਸੀਂ ਪਤਾ ਸੈਮੀ ਗੌਰਮੈਂਟ ਆ ਦਿੱਲੀ ਦੇ ਵਿੱਚ
ਅੱਜ ਵੀ ਉਹ ਬੰਦਾ ਮੋਦੀ ਨਾਲ ਪੰਗੇ ਪਾ ਕੇ ਆਪਣੀ ਸਰਕਾਰ ਚਲਾ ਰਿਹਾ। ਮੈਂ ਧਾਲੀਵਾਲ ਸਰ, ਸੀਮਿਤ ਹੋ ਗਿਆ ਕੇਜਰੀਵਾਲ, ਲੋਕਾਂ ਨੇ ਜਿਸ ਬੰਦੇ ਨੂੰ ਆਪਣੇ ਪੂਰੇ ਦੇਸ਼ ਦੀ ਹੋਣੀ ਬਦਲਣ ਲਈ ਤਸੱਵਰ ਕੀਤਾ ਸੀਗਾ, ਉਹ ਬੰਦਾ ਇੱਕ ਮਿਊਂਸਪਲ ਕਾਰਪੋਰੇਸ਼ਨ ਵਰਗੀ ਸਰਕਾਰ ਤੱਕ ਸੀਮਿਤ ਹੋ ਕੇ ਰਹਿ ਗਿਆ। ਮੈਂ ਇਹ ਕਹਿਣਾ ਕਿ ਉਹਦੀ ਕੰਮ ਕਰਨ ਦੀ ਸਮਰੱਥਾ ਦੂਜਿਆਂ ਨਾਲੋਂ ਜ਼ਿਆਦਾ ਹੋ ਸਕਦੀ ਹੈ, ਉਹਦੀ ਲੜਨ ਦੀ ਸਮਰੱਥਾ ਜ਼ਿਆਦਾ ਹੋ ਸਕਦੀ ਹੈ, ਸਟਰਗਲਰ ਹੋ ਸਕਦਾ, ਲੇਕਿਨ ਦੇਸ਼ ਪੂਰਾ, ਕਿਉਂਕਿ ਦਿੱਲੀ ਨੂੰ ਤੁਸੀਂ ਸਿਰਫ ਦਿੱਲੀ ਤੱਕ ਸੀਮਿਤ ਨਾ ਕਰੋ। ਜਦੋਂ ਦਿੱਲੀ 'ਚ ਅੰਦੋਲਨ ਹੋ ਰਿਹਾ ਸੀ, ਪੂਰੇ ਦੇਸ਼ 'ਚੋਂ ਪੂਰੀ ਦੁਨੀਆ ਦੇ ਵਿੱਚੋਂ ਲੋਕਾਂ ਦੀਆਂ ਨਜ਼ਰਾਂ ਉੱਥੇ ਟਿੱਗੀਆਂ ਸੀ, ਜਿੱਦਾਂ ਤੁਸੀਂ ਕਹਿ ਰਹੇ ਹੋ ਤੁਸੀਂ ਬਾਹਰ ਤੋਂ ਛੱਡ ਕੇ ਆਇਓ, ਬਹੁਤ ਸਾਰੇ ਲੋਕ ਉਦੋਂ ਆਏ, ਲੇਕਿਨ ਕੀ ਕੇਜਰੀਵਾਲ ਸਿਰਫ ਦਿੱਲੀ ਤੱਕ ਸੀਮਿਤ ਹੋ ਕੇ ਰਹਿ ਸਕਦਾ? ਕੀ ਉਹਦੀ ਨੈਤਿਕ ਤੇ ਅਖਲਾਕੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਦੇਸ਼ ਨੂੰ ਲੀਡ ਕਰਦਾ? ਬੰਦੇ ਦੇ ਬੰਦਾ ਜਿਹੜਾ ਮੈਂ ਦੱਸਾਂ, ਜਦੋਂ ਅਸੀਂ ਪੜ੍ਹਨੇ ਪੈਂਦੇ ਜੀ, ਅਸੀਂ ਤੈਅ ਕਰਦੇ ਹਾਂ ਕਿ ਮੈਂ MA ਕਰਦੀ, ਮੈਂ BA ਕਰਦੀ, ਮੈਂ BEd ਕਰਦਾ। ਬਿਲਕੁਲ ਸਮਝੇ, ਬਿਲਕੁਲ ਬਿਲਕੁਲ। ਪਰ ਜਦੋਂ ਆਪਾਂ 10ਵੀਂ ਪਾਸ ਕਰਦੇ ਹਾਂ, 9ਵੀਂ ਪਾਸ ਕਰਦੇ ਹਾਂ, 11ਵੀਂ ਪਾਸ ਕਰਦੇ ਜੀ, ਸਾਡੇ ਨੰਬਰ, ਸਾਡੇ ਐਜੂਕੇਸ਼ਨ ਦਾ ਲੈਵਲ ਜੀ, 10ਵੀਂ ਪਾਸ ਵਾਲਾ ਪਹਿਲਾਂ ਕੈਲਕੂਲੇਟ ਹੋ ਕੇ, ਕੁਲਦੀਪ ਨੇ 10ਵੀਂ ਪਾਸ ਕਰ ਲਈ, ਬਿਲਕੁਲ, ਇਹਨੇ ਨੰਬਰ ਕਿੰਨੇ ਲਏ, ਕੀ ਇਹ BEd ਕਰਜੂ, MEd ਕਰਜੂ, ਬਿਲਕੁਲ। ਤੁਸੀਂ ਇਹ ਸਮਝਦੇ ਨਹੀਂ ਕਿ ਦਿੱਲੀ ਦਾ ਉਹਦਾ ਪਹਿਲਾ ਇਮਤਿਹਾਨ ਆ ਕੇਜਰੀਵਾਲ ਦਾ ਜੀ। ਮੈਨੂੰ ਲੱਗਦਾ ਜਿਹਦੇ 'ਚੋਂ 100 'ਚੋਂ 200% ਉਹਦੇ ਨੰਬਰ ਲਏ, ਉਹ ਜਦੋਂ ਉਹਨੇ 200% ਨੰਬਰ ਲਏ, ਉਹਦਾ ਬੇਸ ਇੱਦਾਂ ਟੋਪ ਦਾ ਆ ਕਿ ਅਗਲੇ 5-7 ਸਾਲਾਂ 'ਚ ਉਹ ਬੰਦਾ ਵਾਕਿਆ ਹੀ ਦੇਸ਼ ਬਦਲ ਦੇ ਕੰਮ। ਮੈਂ ਬਿਲਕੁਲ ਸਹਿਮਤ ਹਾਂ, ਲੇਕਿਨ 200% ਨੰਬਰ ਲੈ ਕੇ ਪਾਸ ਹੋਣ ਵਾਲਾ ਪੰਜਾਬ ਦੇ ਵਿੱਚ 0 ਤੇ ਫੇਲ ਹੋ ਗਿਆ। ਨਹੀਂ, ਪੰਜਾਬ 'ਚ ਫੇਲ ਨਹੀਂ ਹੋਇਆ, ਤੁਸੀਂ ਕਿੱਦਾਂ ਕਹਿੰਦੇ ਹੋ ਫੇਲ ਹੋ ਗਿਆ? ਮੈਂ ਤੁਹਾਨੂੰ ਪੁੱਛਦਾ ਹਾਂ, ਇੱਥੇ 3-4 ਸਾਲ ਪਹਿਲਾਂ ਕੋਈ ਪਾਰਟੀ ਨਹੀਂ, ਕੋਈ ਬਦਲ ਨਹੀਂ, ਕੋਈ ਕੁਛ ਨਹੀਂ, ਉਹਨਾਂ ਨੇ ਆਏ ਪੰਜਾਬ ਦੇ 'ਚ ਪਾਰਟੀ ਖੜੀ ਕੀਤੀ, ਪਾਰਟੀ ਬਣਾਈ। ਇੰਡੀਆ ਦੀ ਹਿਸਟਰੀ ਵੇਖੋ, ਪੰਜਾਬ ਦਾ ਇਤਿਹਾਸ ਵੇਖੋ ਤੁਸੀਂ, ਟੋਰੇ ਵਰਗੇ ਬੰਦੇ, ਰਾਮੂਆਲੀ ਵਰਗੇ ਬੰਦੇ, ਮਨਪ੍ਰੀਤ ਵਰਗੇ ਬੰਦੇ, ਜਿਹਨਾਂ 10-10 ਲੱਖ ਦੇ ਕੱਟ ਕੀਤੇ, ਇੱਕ MLA ਨਹੀਂ ਬਣਾ ਸਕੇ, ਅਗਲੇ 20 MLA ਬਣਾ ਕੇ ਰੱਖ ਕੇ ਵਿਰੋਧੀ ਧਿਰ ਦੇ ਚ ਪਾ ਕੇ ਗਏ ਸਰ। ਇੱਕ ਗੱਲ ਸਰ, ਤੁਸੀਂ ਹੁਣ ਮੈਨੂੰ ਕੀ ਕਹੋਗੇ ਸਰ? ਤੁਸੀਂ ਕਹੋਗੇ ਕਿ ਤੁਸੀਂ ਸਰਕਾਰ ਬਣਾਉਣੀ ਸਰ? ਜਦੋਂ ਪੰਜਾਬ ਦੇ ਲੋਕੀ ਹੱਥਾਂ 'ਚ ਥੁੱਕੀ ਫਿਰਦੇ ਸੀ, ਪੱਟਾਂ ਤੇ ਥਾਪੀਆਂ ਮਾਰਦੇ ਫਿਰਦੇ ਸੀ ਕਿ ਉਹ ਸਕੱਤਰਿਤ, ਉਹ ਸਕੱਤਰਿਤ, ਤੁਸੀਂ ਤਾਂ, ਮੈਂ ਕਹਿੰਦਾ ਕਿ ਅਕਾਲੀ ਦਲ ਤਾਂ ਮਰ ਗਿਆ ਆਪਣੀਆਂ ਗਲਤੀਆਂ ਨਾਲ, ਨਹੀਂ ਤਾਂ ਤੁਸੀਂ 3 ਨੰਬਰ ਤੇ ਸੀਗੇ। ਅਕਾਲੀ ਦਲ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਗਲਤੀ ਤੇ ਆ, ਔਰ ਉਹਦੇ ਅਜੇ ਵੀ ਉੱਭਰਨ ਦੇ ਆਸਾਰ ਮੈਨੂੰ ਨਹੀਂ ਲੱਗਦੇ। ਮੈਂ ਸਵਾਲ ਪੁੱਛੂ ਤੁਹਾਨੂੰ, ਲੇਕਿਨ ਜਦੋਂ 100 ਸੀਟਾਂ ਦਾ ਦਾਵਾ ਸੀ, ਪੰਜਾਬ ਦੇ ਲੋਕ ਸਮਝਦੇ ਸੀ 80 ਤੇ ਵੱਟਦੇ ਪਈਆਂ, ਔਰ ਉਦੋਂ 20 ਸੀਟਾਂ ਤੇ ਸੀਮਤ ਹੋ ਗਏ, ਮੈਨੂੰ ਇੰਜ ਲੱਗਦਾ ਕਿ ਕੇਜਰੀਵਾਲ ਨੇ ਟਿਕਟਾਂ ਦੇਣ ਲੱਗੇ ਆ ਪੰਜਾਬੀ ਮਾਨਸਿਕਤਾ ਨੂੰ ਪੜਿਆ ਨਹੀਂ, ਜਿਹੜੇ ਉਹਨਾਂ ਨੇ ਚੌਧਰੀ ਲਾਏ ਸੀ ਉਹਨਾਂ ਨੇ ਗਲਤੀਆਂ ਕੀਤੀਆਂ, ਲੇਕਿਨ ਸਿਤਮ ਜ਼ਰੀਫੀ ਇਹ ਆ ਕਿ ਉਹ ਬੰਦਾ ਪੰਜਾਬ ਦੀ ਮਾਨਸਿਕਤਾ ਨੂੰ ਪੜੇ ਬਗੈਰ ਕਦੇ ਖਾੜਕੂਵਾਦ ਨੂੰ, ਕਦੇ ਗਰਮ ਦਲੀਆਂ ਨੂੰ, ਕਦੇ ਕਈ ਉਹਨੇ ਗਲਤੀਆਂ ਕੀਤੀਆਂ, ਫਿਰ ਜਿੱਦਾਂ ਹੁਣ ਬਾਅਦ ਦੇ ਵਿੱਚ ਮਜੀਠੀਆ ਤੋਂ ਮਾਫ਼ੀ ਮੰਗੀ, ਇਹੋ ਜਿਹੇ ਜ਼ਿੰਮੇਵਾਰ ਬੰਦੇ ਨੇ ਉਹ ਵੀ ਗਲਤੀਆਂ ਕੀਤੀਆਂ, ਜਿਸ ਮੂਵਮੈਂਟ ਨੂੰ ਬਣਾਉਂਦਾ ਸੀ ਉਹਨੂੰ ਨਾਲ ਦੀ ਨਾਲ ਹੀ ਡਿੱਗੀ ਜਾਂਦਾ ਸੀ, ਇੱਕ ਬੰਨੇ ਉਹ ਲੋਕਾਂ ਦਾ ਨਾਇਕ ਸੀ, ਦੂਜੇ ਬੰਨੇ ਰਾਤੋ ਰਾਤ ਜਿਹੜੀ ਹਿੰਦੂ ਵੋਟ ਉਹ ਤੋਂ ਪਿੱਛੇ ਚਲੇਗੀ, ਉਹ ਗਰਮ ਦਲੀਆਂ ਨੂੰ ਨਾਲ ਲਾਉਣ ਲੱਗ ਪਿਆ। ਸੋ ਪੰਜਾਬ ਦੇ ਵਿੱਚ ਸ਼ਾਇਦ ਉਹਦਾ ਗਣਿਤ ਗਲਤ ਹੋ ਗਿਆ। ਮੈਂ ਇਹੀ ਗੱਲ ਤੁਹਾਨੂੰ ਕਹਿਣ ਲੱਗਾ ਜੀ, ਤੁਸੀਂ ਆਪ ਹੀ ਅਸਲੀ ਗੱਲ ਤੇ ਆ ਜੀ, ਇਹੀ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਜੀ ਕਿ 5 ਸਾਲ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਮੇਰੇ ਸਮੇਤ ਜੀ, ਮੇਰੀ ਪਾਰਟੀ ਦੇ ਵਰਕਰਾਂ ਸਮੇਤ, ਪੰਜਾਬ ਦੇ ਬਹੁਤ ਸਾਰੇ ਆਗੂਆਂ ਸਮੇਤ ਜੀ, ਅਰਵਿੰਦ ਕੇਜਰੀਵਾਲ ਜੀ ਦੇ ਸਮੇਤ ਜੀ, ਸਾਡੇ ਕੋਲ ਗਲਤੀਆਂ ਹੋ ਗਈਆਂ ਜੀ, ਅਸੀਂ ਮੰਨਦੇ ਸਾਡੇ ਕੋਲ ਕਈ ਚੀਜ਼ਾਂ ਗਲਤ ਹੋ ਗਈਆਂ, ਅਸੀਂ ਪੰਜਾਬ ਦੀ ਸਹੀ ਨਬਜ ਨਹੀਂ ਪੜ ਸਕੇ, ਸਾਡੇ ਕੋਲ ਕਈ ਥਾਵਾਂ ਤੇ ਗਲਤ ਕੈਂਡੀਡੇਟ ਦਿੱਤੇ ਗਏ, ਚਲੋ ਜ਼ਿਆਦਾ ਲਾ ਲਓ ਤੁਸੀਂ ਜੀ, ਬਟ ਰੰਧਾਵਾ ਸਾਹਿਬ ਅਸੀਂ ਨਾ ਬੇਈਮਾਨ ਹੈ, ਨਾ ਚੋਰ ਹੈ, ਨਾ ਕਰਪਟ ਹੈ, ਨਾ ਕਰਪਸ਼ਨ ਦਿੱਲੀ 'ਚ ਕੀਤੀ, ਨਾ ਕਿਤੇ ਨਹੀਂ ਕੀਤੀ, ਸਾਡੇ ਕੋਲ ਗਲਤੀ ਹੋਈ ਹੈ, ਅਸੀਂ ਕੋਈ ਪਾਪ ਨਹੀਂ ਕੀਤਾ, ਅਸੀਂ ਕੋਈ ਗੁਨਾਹ ਨਹੀਂ ਕੀਤਾ ਕਿ ਦੁਬਾਰਾ ਉੱਪਰ ਨਹੀਂ ਸਕਦੇ ਸਰ, ਅਸੀਂ ਚੋਰ ਨਹੀਂ ਗਏ, ਪਹਿਲੀ ਪਹਿਲੀ ਗੱਲ ਬਿਲਕੁਲ ਠੀਕ ਹੈ, ਅਸੀਂ ਚੋਰ ਨਹੀਂ ਗਏ, ਡਾਕੇ ਨਹੀਂ ਮਾਰੇ, ਗਲਤੀ ਇੱਕ ਹੁੰਦੀ ਹੈ, ਕੋਈ ਗੱਲ ਨਹੀਂ, ਗਲਤੀਆਂ ਦਾ ਸਿਲਸਿਲਾ ਹੀ ਬਣਿਆ ਰਿਹਾ, ਕੋਈ ਗੱਲ ਨਹੀਂ, ਹੁਣ ਤੱਕ ਜਿਹੜੇ ਤੁਹਾਡੇ 20 ਸੀ, 20 ਵੀ ਇਕੱਠੇ ਨਾ ਰਹਿ ਸਕੇ, ਮਹਾਰਾਜ ਮੇਰੀ ਗੱਲ ਸੁਣੋ, 20 ਨੇ ਇਕੱਠੇ ਰਹਿ ਸਕੇ, ਹਾਂਜੀ, ਤੁਸੀਂ ਇਸ ਵੇਲੇ ਪੰਜਾਬ ਟੈਲੀਵਿਜ਼ਨ ਨੂੰ ਹੋਸਟ ਕਰ ਰਹੇ ਹੋ ਜੀ, ਤੁਸੀਂ ਕਦੀ ਸੋਚੋ ਜੋ ਤੁਸੀਂ 10 ਸਾਲ ਤੋਂ ਥੱਲੇ ਉਮਰ ਦੇ ਕਿੰਨੀਆਂ ਗਲਤੀਆਂ ਕੀਤੀਆਂ ਨਾ, ਤੁਹਾਡੇ ਮਾਂ ਬਾਪ ਨੂੰ ਨਹੀਂ ਪਤਾ ਕਿ ਤੁਸੀਂ ਪੰਜਾਬ ਟੈਲੀਵਿਜ਼ਨ ਮੁੜ ਕੇ ਚਲਾਉਣ ਲੱਗ ਜਾਓ, ਹਾਂਜੀ ਚਲਾਏ ਨਾ, ਡਿੱਗ ਡਿੱਗ ਕੇ ਜਵਾਨ ਹੋਏ ਜੀ, ਜੀ ਅਸੀਂ ਡਿੱਗ ਡਿੱਗ ਕੇ ਜਵਾਨ ਹੋਵਾਂਗੇ, ਬਿਲਕੁਲ ਠੀਕ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਲੇਕਿਨ ਧਾਲੀਵਾਲ ਸਾਹਿਬ ਪਹਿਲਾਂ ਤਾਂ ਤੁਹਾਡੀ ਦਾਤ ਦੇਊਂਗਾ ਕੌਨਫੀਡੈਂਸ ਨੂੰ, ਇੱਕ ਉਲਝਣ 'ਚ ਫਸੀ ਪਾਰਟੀ ਨੂੰ ਤੁਸੀਂ ਬੜਾ ਵਧੀਆ ਡਿਫੈਂਡ ਕਰ ਰਹੇ ਹੋ, ਮੈਂ ਫੇਰ ਕਹੂੰਗਾ ਕਿ ਤੁਸੀਂ, ਤੁਹਾਡੇ ਸ਼ਬਦਾਂ ਨਾਲ ਮੈਂ ਸਹਿਮਤ ਹਾਂ, ਡਿੱਗ ਡਿੱਗ ਕੇ, ਲੇਕਿਨ ਪੰਜਾਬ ਦੇ ਲੋਕਾਂ ਦੀਆਂ ਇਛਾਵਾਂ ਜ਼ਿਆਦਾ ਵੱਡੀਆਂ ਸੀ, ਕੋਈ ਗੱਲ ਮੂਵਮੈਂਟ ਹੌਲੀ ਹੌਲੀ ਨਹੀਂ ਬਣਦੀ, ਸਾਡੇ ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਾਲਾ ਦਿਨ ਯਾਦ ਜੇ, ਮੈਂ ਕਹਿੰਦਾ ਮਹਾਰਾਜ ਪਿਛਲੇ 50 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀਆਂ ਇਛਾਵਾਂ ਦੀ ਪੂਰਤੀ ਕਰਦਾ ਕਰਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਖਤਮ ਕਰ ਗਿਆ, ਲੋਕਾਂ ਦੀਆਂ ਇਛਾਵਾਂ ਸੀ ਕਿ ਬਾਦਲ ਹੀ ਕਰ ਸਕਦਾ, 5 ਵਾਰ ਲੋਕਾਂ ਨੇ ਚੀਫ ਮਿਨਿਸਟਰ ਬਣਾ ਦਿੱਤਾ, ਅਗਲੇ ਨੇ ਪੰਜਾਬ ਦੇ ਲੋਕਾਂ ਦੀਆਂ ਇਛਾਵਾਂ ਮਿੱਟੀ 'ਚ ਮੇਲ ਕੇ ਰੱਖਤੀਆਂ, ਦੇ ਕੇ ਕੀ ਗਿਆ ਅਖੀਰ ਬੁਢਾਪੇ 'ਚ ਬਿਕਰਮਜੀਤ ਮਜੀਠੀਆ, ਸੁਖਬੀਰ ਬਾਦਲ,
ਨਹੀਂ ਮੇਰਾ ਸਵਾਲ, ਮੈਂ ਤੁਹਾਨੂੰ ਫਿਰ ਇਹ ਗੱਲ ਕਹਿੰਦਾ, ਮੈਂ ਬਾਰ ਬਾਰ ਤੁਹਾਨੂੰ ਇਹ ਗੱਲ ਕਹਿੰਦਾ ਕਿ ਅਸੀਂ ਪੰਜਾਬ ਦੇ ਲੋਕਾਂ ਦੀਆਂ ਇਛਾਵਾਂ ਤੇ ਬਿਲਕੁਲ ਖਰੇ ਉਤਰਾਂਗੇ। ਸਰ ਤੁਸੀਂ ਟਾਈਮ ਲੱਗ ਸਕਦਾ, ਸਰ ਤੁਸੀਂ ਗੱਲ ਤੇ ਦਿੱਲੀ ਦੀ ਕਰਦੇ ਹੋ, ਆਓ ਤੁਹਾਨੂੰ ਦਿੱਲੀ ਦਾ ਵਿਖਾਈਏ, ਆਓ ਤੁਹਾਨੂੰ ਦਿੱਲੀ, ਪੰਜਾਬ ਦੀ ਮਾਨਸਿਕਤਾ ਹੋਰ, ਪੰਜਾਬ ਦੇ ਮੁੱਦੇ ਹੋਰ, ਪੰਜਾਬ ਦੇ ਲੋਕਾਂ ਦੇ ਝਮੇਲੇ ਹੋਰ, ਪੰਜਾਬ ਤਾਂ ਸੱਭਿਆਚਾਰਕ ਆਪਣੇ ਖਾਸੇ ਵੱਲੋਂ ਟੁੱਟ ਰਿਹਾ, ਪੰਜਾਬ ਖੁਦਕੁਸ਼ੀਆਂ ਵੱਲ ਜਾ ਰਿਹਾ। ਮੈਨੂੰ ਦੱਸੋ, ਮੈਂ ਨਹੀਂ ਇਹ ਕਹਿੰਦਾ ਕਿ ਕੋਈ ਕਿਸਾਨ ਜਿਹੜਾ ਵਾ ਉਹ ਕਰਜ਼ੇ ਕਰਕੇ ਖੁਦਕੁਸ਼ੀ ਕਰਦਾ, ਖੁਦਕੁਸ਼ੀ ਇੱਥੇ ਫਸੀ ਹੈ, ਅਸੀਂ ਨਿਰਾਸ਼ਾ 'ਚ ਡੁੱਬੇ ਹਾਂ, ਸਾਡਾ ਸੱਭਿਆਚਾਰਕ ਖਾਸਾ ਪਲੀਤ ਹੋ ਰਿਹਾ। ਤੁਸੀਂ ਦਿੱਲੀ ਦੀਆਂ ਸੜਕਾਂ ਜਾਂ ਦਿੱਲੀ ਦੀ ਬਿਜਲੀ ਨਾਲ ਸਾਨੂੰ ਪਹੁੰਚਾ ਨਹੀਂ ਸਕਦੇ। ਮੈਂ ਕਹਿੰਦਾ ਕਿ ਪੰਜਾਬ ਦਾ ਕੋਈ ਮਸਲਾ ਐਡਰੈਸ ਕੀਤਾ ਤੇ ਦੱਸੋ, ਪੰਜਾਬ ਦੇ ਮਸਲੇ ਕਿਸੇ ਤਰੀਕੇ ਨਾਲ ਬਲੂ ਪ੍ਰਿੰਟ ਦੇ ਰੂਪ 'ਚ ਸਾਹਮਣੇ ਰੱਖੇ ਕਿ ਪੰਜਾਬ ਕਿਹੜੀਆਂ ਮੁਸ਼ਕਲਾਂ ਦਰਕਾਰ ਨੇ, ਪੰਜਾਬ ਕਿਹੜੇ ਤਰੀਕੇ ਨਾਲ ਸੰਬੋਧਿਤ ਕੀਤਾ ਜਾ ਸਕਦਾ। ਅਸੀਂ ਬਿਫੋਰ ਇਲੈਕਸ਼ਨ ਜੀ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਬੈਠ ਕੇ, ਕਵਰ ਸੰਧੂ ਜੀ ਉਦੋਂ ਉਹਦੇ ਚੇਅਰਮੈਨ ਸੀ ਕਮੇਟੀ ਦੇ, ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਪੁੱਛ ਕੇ ਕਿ ਲੋਕ ਅਸਲ ਦੇ ਵਿੱਚ ਕਿੱਥੇ, ਪੰਜਾਬ ਕਿੱਥੇ, ਪੰਜਾਬ ਦੀਆਂ ਪ੍ਰੋਬਲਮਾਂ ਕੀ। ਚੋਣ ਮੈਨੀਫੈਸਟੋ ਬਣਾਏ ਅਸੀਂ, ਕਿਸਾਨਾਂ ਦਾ ਵੱਖਰਾ, ਯੂਥ ਦਾ ਵੱਖਰਾ, ਦਲਿਤਾਂ ਦਾ ਵੱਖਰਾ, ਇੰਪਲਾਈਆਂ ਦਾ ਵੱਖਰਾ, ਉਹ ਸਾਡੇ ਕੋਲ ਅੱਜ ਵੀ। ਲੇਕਿਨ ਮੇਰੀ ਗੱਲ ਸੁਣੋ, ਗੱਲ ਇਹ ਹੈ ਕਿ ਜੇ ਅਸੀਂ ਸਤਾ 'ਚ ਆ ਜਾਈਏ ਪੰਜਾਬ 'ਚ, ਫਿਰ ਤੁਸੀਂ ਸਾਨੂੰ ਇਹ ਸਵਾਲ ਕਰਨਾ ਸੀ ਕਿ ਭਾਈ ਤੁਸੀਂ ਇਹਨੂੰ ਸੰਬੋਧਨ ਦਿੰਦੇ ਹੋਏ ਜੋ ਤੁਸੀਂ ਕਿਹਾ ਸੀਗਾ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਕੇਜਰੀਵਾਲ ਨੇ ਜੋ ਦਿੱਲੀ ਦੇ ਮੁੱਦਿਆਂ ਲਈ ਦਿੱਲੀ ਦੇ ਲੋਕਾਂ ਨੂੰ ਕਿਹਾ ਸੀ ਉਹ ਪੂਰੇ ਵੇਖਦੇ ਹੋਏ ਦੱਸੋ। ਨਹੀਂ, ਮੈਂ ਮੇਰਾ ਸਵਾਲ ਛੋਟਾ ਜਿਹਾ, ਦੇਖੋ ਮੈਨੂੰ ਕੇਜਰੀਵਾਲ ਨਾਲ ਕੋਈ ਤਕਲੀਫ ਨਹੀਂ, ਮੈਂ ਕੇਜਰੀਵਾਲ ਨੂੰ ਪਰਸਨਲੀ ਪਸੰਦ ਕਰਦਾ ਔਰ ਨਿੱਜੀ ਤੌਰ 'ਤੇ ਮੈਂ ਇਹ ਵੀ ਸਮਝਦਾ ਕਿ ਉਸ ਇਕੱਲੇ ਬੰਦੇ ਨੇ ਆਪਦੇ ਪੂਰੇ ਦੇ ਪੂਰੇ ਸਿਸਟਮ ਨੂੰ ਹਿਲਾਇਆ। ਉਸ ਬੰਦੇ ਨੇ ਮੋਦੀ ਔਰ ਰਾਹੁਲ ਗਾਂਧੀ ਵਰਗੇ ਔਰ ਜਿਹੜੀ ਕਾਂਗਰਸ ਦੀ ਗਵਰਨਮੈਂਟ ਸੀਗੀ ਉਹਨਾਂ ਨੂੰ ਪੜ੍ਹਨੇ ਪਾਤਾ। ਇਹ ਨਰਿੰਦਰ ਮੋਦੀ ਨੂੰ ਇੰਝ ਲੱਗਦਾ ਸੀ ਕਿ ਮੇਰੀ ਜਿਹੜੀ ਸਰਕਾਰ ਇਹ ਰੋਕ ਸਕਦਾ, ਉਹਨਾਂ ਨੇ ਵੀ ਪੂਰੇ ਯਤਨ ਕੀਤੇ। ਲੇਕਿਨ ਉਹਦੇ ਇਸ ਖਾੜਕੂ ਪੁਣੇ ਨੇ ਮੈਨੂੰ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਨਹੀਂ ਦਿੱਤਾ, ਮੈਨੂੰ ਤਕਲੀਫ ਹੈ। ਦੂਜੀ ਗੱਲ, ਉਹ ਦਿੱਲੀ ਵਾਂਗ ਹੀ ਪੰਜਾਬ ਨੂੰ ਚਲਾਉਣਾ ਚਾਹੁੰਦਾ, ਮੈਨੂੰ ਇਹ ਵੀ ਤਕਲੀਫ ਹੈ ਕਿ ਧਾਲੀਵਾਲ ਸਾਹਿਬ ਨੂੰ ਪੂਰਾ ਫ੍ਰੀ ਹੈਂਡ ਦਿੱਤਾ ਜਾਂਦਾ ਕਿ ਅੰਮ੍ਰਿਤਸਰ ਅਤੇ ਇਹਦੇ ਆਸ ਪਾਸ ਦੀਆਂ ਮੁਸ਼ਕਲਾਂ ਨੂੰ ਉਹ ਐਡਰੈਸ ਕਰਨ। ਕੀ ਭਗਵੰਤ ਮਾਨ, ਮੈਂ ਦੋ ਵਾਰੀ ਭਗਵੰਤ ਮਾਨ ਨਾਲ ਆਪ ਗੱਲ ਕੀਤੀ ਜੀ, ਤੁਹਾਡੀ ਬਿਲਕੁਲ ਸਹੀ ਗੱਲ ਹੈ। ਇੱਕ ਉਹਨਾਂ ਦਾ ਇਹ ਵੀ ਥੋੜਾ ਜਿਹਾ ਮੈਨੂੰ ਲੱਗਦਾ ਜੋ ਗਲਤੀ ਹੋਈ ਜੀ, ਮੈਨੂੰ ਲੱਗਦਾ ਕਿ ਜਿੱਦਾਂ ਉਹ ਦਿੱਲੀ ਨੂੰ ਜਿੱਦਾਂ ਦੇਖਦੇ ਆ ਉਹ ਪੰਜਾਬ ਨੂੰ ਏਦਾਂ ਦੇਖਣਾ ਚਾਹੁੰਦੇ ਸੀ, ਏਦਾਂ ਹੀ ਮਤਲਬ ਆਰਗੇਨਾਈਜੇਸ਼ਨ ਨੂੰ ਏਦਾਂ, ਪਾਰਟੀ ਨੂੰ ਏਦਾਂ ਚਲਾਉਣਾ ਚਾਹੁੰਦੇ ਸੀ। ਐਕਚੁਅਲੀ ਪੰਜਾਬ ਹੋਰ ਤਰ੍ਹਾਂ ਦਾ ਜੀ, ਪੰਜਾਬ ਦੀਆਂ ਜਿਹੜੀਆਂ ਇਹ ਆਪਣੀਆਂ ਜਿਹੜੀਆਂ ਭੂਗੋਲਿਕ ਵੀ ਕਲਚਰ ਵੀ ਉਹਦੇ, ਇੱਥੋਂ ਤੱਕ ਕਿ ਜਿਹੜੀਆਂ ਸਾਡੇ ਰੂਟਸ ਨੇ ਪੰਜਾਬ ਦੇ, ਜੜ੍ਹਾਂ ਸਾਡੀ, ਸਾਡੀਆਂ ਜੜ੍ਹਾਂ ਜੀ, ਇਹਨਾਂ ਨੂੰ ਸਮਝ ਕੇ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਟ੍ਰੈਡੀਸ਼ਨਲ ਪੋਲੀਟਿਕਸ ਜਿਹੜੀ ਪੰਜਾਬ ਦੀ, ਇਹਨੂੰ ਪੜ੍ਹਨਾ, ਇਹਨੂੰ ਸਿੱਖਣਾ, ਇਹਦੇ ਵਾਂਗੂ ਚੱਲਣਾ, ਅਸਲ ਵਿੱਚ ਪੰਜਾਬ 'ਚ ਇਹ ਲੋੜ ਸੀਗੀ। ਔਰ ਇਹ ਲੋੜ ਜਦੋਂ ਉਹਨਾਂ ਨੇ ਹੁਣ ਫੀਲ ਕੀਤੀ, ਹੁਣ ਪੂਰੀ ਹੋਈ, ਦੱਸ ਪੂਰੀ ਹੈ, ਪੂਰੀ ਸਾਡੀ ਕੋਰ ਕਮੇਟੀ ਨੂੰ ਖੁਦ ਮੁਖਤਿਆਰੀ ਆ, ਅਸੀਂ ਪੂਰੇ ਫੈਸਲੇ ਪੰਜਾਬ 'ਚ ਕਰਦੇ ਹਾਂ। ਹੁਣ ਅਸੀਂ ਜਿੰਨੀਆਂ ਟਿਕਟਾਂ ਲੋਕ ਸਭਾ ਦੀਆਂ, ਅਸੀਂ ਉਹਨੂੰ ਉੱਥੇ ਡਿਸਕਸ਼ਨ ਕਰਕੇ ਉੱਥੇ ਪਾਸ ਕਰਕੇ ਉਹਨਾਂ ਨੂੰ ਭੇਜਦੇ ਹਾਂ। ਸਮਝਦੇ ਕਿ ਨਹੀਂ ਗੱਲ, ਉਹਨਾਂ ਨੂੰ ਵੀ ਪਤਾ ਲੱਗਾ, ਸਾਨੂੰ ਵੀ ਪਤਾ ਲੱਗਾ। ਇਹ ਨਹੀਂ ਗੱਲ ਕਿ ਇਕੱਲਾ ਉਹਨਾਂ ਨੂੰ ਨਹੀਂ ਸਮਝ ਲੱਗੀ, ਇਹ ਵੀ ਮੇਰੇ ਸੁਣ ਲਓ, ਸਾਡੇ ਕੋਈ ਵੀ ਪੰਜਾਬ ਵਾਲਿਆਂ ਕੋਲ ਕਈ ਕਮਜ਼ੋਰੀਆਂ ਰਹਿ ਗਈ। ਮਤਲਬ ਵੇਖੋ ਬੰਦੇ ਸਾਡੇ ਨਾ, ਕਈ ਬੰਦੇ, ਮੈਂ ਤੁਹਾਨੂੰ ਪਹਿਲਾਂ ਨੀ ਕਿਹਾ ਪੰਜਾਬੀ ਦੂਜੇ ਬਹੁਤ ਜਲਦੀ ਚੁੱਕਦੇ ਜਾ, ਇੱਕ ਮਿੰਟ ਜੁੰਗਲ ਚੁੱਕਦੇ ਨੇ, ਪਰ ਜਾਂ ਸਾਡੇ ਕੋਈ ਵੀ ਕਮਜ਼ੋਰੀ, ਸਾਡੀ ਵੀ ਗਲਤੀ ਹੋਈ, ਪੰਜਾਬ ਦੀ ਵੀ ਕਈਆਂ ਥਾਵਾਂ ਤੇ ਅਸੀਂ ਵੀ ਗਲਤੀਆਂ ਕਰ ਗਏ। ਬਟ ਮੈਂ ਤੁਹਾਨੂੰ ਫਿਰ ਉਹੀ ਗੱਲ ਕਹੀ, ਅਸੀਂ ਮਾੜਾ ਗਲਤੀਆਂ ਕੀਤੀਆਂ, ਚੋਰ ਨਹੀਂ। ਅੱਜ ਮੈਂ ਸਹਿਮਤ ਹਾਂ, ਪਾਵਰ ਹੋਊ ਤੇ ਤੁਸੀਂ ਫੈਸਲੇ ਠੀਕ ਕਰੋਗੇ। ਨਹੀਂ, ਮੈਂ ਉਹ ਸਹਿਮਤ ਹਾਂ ਤੁਹਾਡੇ ਨਾਲ, ਮੈਂ ਉੱਥੇ ਸਹਿਮਤ ਹਾਂ। ਦਿੱਲੀ ਵਾਲਾ ਇਮਤਿਹਾਨ ਹੀ ਪਾਸ ਕੀਤਾ, ਅਰਵਿੰਦ ਕੇਜਰੀਵਾਲ ਕਰਪਟ ਨਹੀਂ, ਲੇਕਿਨ ਮੈਂ ਇੱਕ ਸਵਾਲ ਜਿਹੜਾ ਕਰਦਾ ਹਾਂ ਕਿ ਕੀ ਜਦੋਂ ਤੁਸੀਂ ਹੁਣ ਬੈਠਦੇ ਹੋ, ਹੁਣ ਪਿੱਛੇ ਜਿਹੜਾ ਤੁਸੀਂ ਚੋਣ ਮੈਨੀਫੈਸਟੋ ਕਹਿੰਦੇ ਹੋ ਉਹ ਤਾਂ ਪਿੱਛੇ ਰਹਿ ਗਿਆ, ਹੁਣ ਫਿਰ ਤੁਸੀਂ ਲੋਕਾਂ ਕੋਲ ਮੁੱਦੇ ਲੈ ਕੇ ਜਾਣਾ। ਪਿਛਲੀ ਵਾਰੀ ਜਿਹੜਾ ਤੁਸੀਂ ਚੋਣ ਮੈਨੀਫੈਸਟੋ ਬਣਾਇਆ ਉਹ ਦੂਜਿਆਂ ਦੀ ਨਕਲ ਵਰਗਾ ਹੀ ਸੀਗਾ, ਉਹਦੇ ਵਿੱਚ ਰਿਆਇਤਾਂ ਦਾ ਬੜਾ ਹੀ ਜ਼ਿਕਰ ਸੀਗਾ, ਉਹਦੇ ਵਿੱਚ ਕਿਧਰੇ ਵੀ ਕੋਈ ਬਲੂ ਪ੍ਰਿੰਟ ਨਹੀਂ ਸੀ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਤੁਸੀਂ ਕੀ ਕਰੋਗੇ, ਤੁਹਾਡੇ ਜਿਹੜੇ ਇਨਕਮ ਸੋਰਸ ਉਹ ਕਿਵੇਂ ਵਧਣਗੇ, ਤੁਸੀਂ ਪੰਜਾਬ ਨੂੰ ਪੈਰਾਂ ਸਿਰ ਕਿਵੇਂ ਖੜਾ ਕਰੋਗੇ, ਐਸਾ ਕੁਛ ਨਹੀਂ ਸੀ ਹੈਗਾ। ਮੰਨਣਾ ਪਊਗਾ ਉੱਥੇ ਮੈਂ ਕੰਵਰ ਸੰਧੂ ਫੇਲ ਹੋਇਆ ਕਹਿੰਦਾ, ਸਾਡੇ ਭਾਈਚਾਰੇ ਦਾ ਬੰਦਾ ਉਹ, ਕੰਵਰ ਸੰਧੂ ਦੀਆਂ ਵੀ ਇਛਾਵਾਂ ਵੱਡੀਆਂ ਸੀ। ਮੈਨੂੰ ਲੱਗਦਾ ਕਿ ਅੱਜ ਵੀ ਤੁਸੀਂ ਪੰਜਾਬ ਦੇ 5 ਤੋਂ 10 ਬੰਦੇ ਇਹੋ ਜਿਹੜੇ ਆਰਥਿਕ ਜਾਂ ਖੇਤੀ ਜਾਂ ਬਾਕੀ ਚੀਜ਼ਾਂ ਦੇ ਮਾਹਿਰ ਹੈਗੇ ਆ, ਉਹਨਾਂ ਨੂੰ ਬਿਠਾ ਕੇ ਤੁਸੀਂ ਸਟੱਡੀ ਨਹੀਂ ਕਰਵਾ ਸਕਦੇ। ਅੱਜ ਵੀ ਮੈਨੂੰ ਲੱਗਦਾ ਕਿ ਕੋਈ ਕਮੀ ਆ, ਅੱਜ ਵੀ ਤੁਸੀਂ ਅਕਾਲੀ ਦਲ ਨੂੰ ਦੇਖੋਗੇ, ਅੱਜ ਵੀ ਤੁਸੀਂ ਕਾਂਗਰਸ ਨੂੰ ਦੇਖੋਗੇ, ਅੱਜ ਵੀ ਰੀਸ ਕਰਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਉਹ ਕੀ ਲੈ ਕੇ ਜਾ ਰਹੇ ਤੇ ਅਸੀਂ ਕੀ ਲੈ ਕੇ ਜਾਣਾ। ਪੰਜਾਬ ਦੇ ਲੋਕ ਆਵਾਜ਼ ਨਹੀਂ, ਵਿਸਾਖੀਆਂ ਨਹੀਂ ਚਾਹੁੰਦੇ। ਜਦੋਂ ਹੀ ਪੰਜਾਬ ਦੀ ਇਕੋਨਮੀ ਦੀ ਗੱਲ ਕਰਾਂਗੇ ਜੀ, ਅਸੀਂ ਗਿੱਲ ਵਰਗੇ ਆਰਥਿਕ ਮਾਹਰਾਂ ਦੇ ਨਾਲ
ਬਿਲਕੁਲ ਜੋ ਲਵਾਂਗੇ ਪਾਤਕ ਮਾਤਾ ਦੇ ਨਾਲ ਵਿਦਵਾਨਾਂ ਦੇ ਨਾਲ ਬੈਠ ਕੇ ਗੱਲ ਕਰਾਂਗੇ ਜਦੋਂ ਅਸੀਂ ਪੰਜਾਬੀ ਜ਼ਬਾਨ ਦੀ ਪੰਜਾਬੀ ਕਲਚਰ ਦੀ ਗੱਲ ਕਰਾਂਗੇ ਅਸੀਂ ਸੁਰਜੀਤ ਪਾਤਰ ਨੂੰ ਆਪਣੇ ਨਾਲ ਭਾਵਾਂਗੇ ਜੀ ਸਮਝੇ ਕਿ ਨਹੀਂ ਜੀ ਪੰਜਾਬ ਦੇ ਨਾਟਕ ਦੀ ਗੱਲ ਕਰਾਂਗੇ ਕੇਵਲ ਧਾਲੀਵਾਲ ਨੂੰ ਪਾਵਾਂਗੇ ਉਹ ਤਾਂ ਕਾਂਗਰਸ ਹੀ ਹੋ ਗਿਆ ਸਰ ਉਹ ਹੋਣ ਦੋ ਕੋਈ ਨਹੀਂ ਉਹ ਕਿਤੇ ਵੀ ਹੋ ਜਾਣ ਜੀ ਉਹ ਕਾਂਗਰਸ ਹੀ ਹੋ ਜਾਣ ਕੁਝ ਵੀ ਹੋ ਜਾਣ ਪਰ ਜੋ ਉਹਨਾਂ ਦੀ ਲਿਖਤ ਹੈ ਉਹਦਾ ਇੱਕ ਮੁੱਲ ਹੈ ਜੀ ਪੰਜਾਬੀ ਤੇ ਹੈਗੇ ਨੇ ਹੈਗੇ ਮਾਦਾ ਸਰਦਾਵਾ ਤੁਹਾਡੇ ਨਾਲ ਤੁਰਨ ਪੰਜਾਬ ਦਾ ਦਖਾਂਤ ਕੀ ਹੈ ਤੁਹਾਡੇ ਨਾਲ ਤੁਰਨਗੇ ਪੰਜਾਬ ਦਾ ਦਖਾਂਤ ਕੀ ਆ ਇਹੀ ਹੈ ਪੰਜਾਬ ਦਾ ਦਖਾਂਤ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਾਂਗਰਸੀ ਬਣ ਜਾਂਦੇ ਹਾਂ ਅਕਾਲੀ ਬਣ ਜਾਂਦੇ ਹਾਂ ਕਾਮਰੇਡ ਬਣ ਜਾਂਦੇ ਹਾਂ ਆਪ ਵਾਲੇ ਬਣਦੇ ਹਾਂ ਇਹ ਪੰਜਾਬੀ ਨਹੀਂ ਬਣਦੇ ਅਸੀਂ ਸਿਰ ਨਹੀਂ ਜੋੜਦੇ ਅਸੀਂ ਪੰਜਾਬੀ ਨਹੀਂ ਬਣਦੇ ਪੰਜਾਬ ਦਾ ਮਸਲਾ ਉਦੋਂ ਹੱਲ ਹੋਣਾ ਜਦੋਂ ਅਸੀਂ ਪੰਜਾਬੀ ਬਣਾਂ ਕਦੋਂ ਬਣਾਂਗੇ ਪਰ ਮੈਨੂੰ ਇਹ ਲੱਗਦਾ ਕਿ ਪੱਤ ਥੋੜੀ ਪੰਜਾਬੀ ਦੋ ਪੀੜੀਆਂ ਤੇ ਮੈਂ ਵੇਖ ਲਈ ਇਹ ਤਾਂ ਮੈਂ ਮੰਨਦਾ ਨਹੀਂ ਕਿ ਉਹ ਪੰਜਾਬੀ ਨਹੀਂ ਦੋ ਪੀੜੀਆਂ ਤੇ ਮੈਂ ਵੇਖ ਲਈਆਂ ਸਿਰ ਤਾਂ ਜੋੜੇ ਨਹੀਂ ਉਹ ਮਾਰਾ 72 ਸਾਲ ਹੋ ਗਏ ਜੀ 72 ਸਾਲ ਹੋ ਗਏ ਦੋ ਪੀੜੀਆਂ ਤਾਂ ਆਪਣੀਆਂ ਲੰਘੀਆਂ ਤੁਹਾਡੀ ਮੇਰੀ ਲੰਘੀ ਆ ਸਾਡੇ ਦਾਦਿਆਂ ਦੀ ਵੀ ਲੰਘ ਗਈ ਪਿਓਾਂ ਦੀ ਵੀ ਲੰਘ ਗਈ ਸਮਝ ਗਏ ਗੱਲ ਔਰ ਪੰਜਾਬ ਨਿਗ ਰਿਹਾ ਉਹ ਨਿਗ ਰਿਹਾ ਅੱਗੇ ਨਹੀਂ ਗਿਆ ਠਾਂ ਨੂੰ ਗਿਆ ਬਹੁਤ ਜ਼ਿਆਦਾ ਬਹੁਤ ਥੱਲੇ ਚਲ ਗਿਆ ਜਿਹਦੇ ਬੱਚੇ ਜਿਹਦੇ ਆਪਣੇ ਜਾਏ ਇਸ ਧਰਤੀ ਤੇ ਨਾ ਵਸਣਾ ਚਾਹੁਣ ਉਹਦੀ ਉਹ ਬਦਕਿਸਮਤੀ ਇਤੋਂ ਵੱਡੀ ਕਿਉਂ ਸਰ ਮੈਂ ਤੇ ਮਹਾਰਾਜ ਦਾ ਵਾਸਾ ਰੋਜ਼ ਬੋਲਦਾ ਹਾਂ ਪਿੰਡਾਂ 'ਚ ਬੋਲਦਾ ਜੀ ਮੈਂ ਕਹਿੰਦਾ ਲੋਕੋ ਪੰਜਾਬ ਕਿੱਥੇ ਚੱਲਣਾ ਜੀ ਗੁਰੂ ਰਾਮਦਾਸ ਦੀ ਧਰਤੀ ਤੇ ਬੈਠੇ ਐਸ ਜੀ ਪੀ ਸੀ ਦੇ ਅੰਕੜੇ ਸਰਕਾਰ ਦੇ ਅੰਕੜੇ ਜੀ ਕਿ 1 ਲੱਖ ਬੰਦਾ ਦਰਬਾਰ ਸਾਹਿਬ 'ਚ ਰੋਜ਼ ਮੱਥਾ ਟੇਕ ਲਓ ਟੇਕਦਾ ਅੱਧਿਓਂ ਵੱਧ ਜਿਹੜੇ ਬੰਦੇ ਆ ਉਹ ਇੰਡੀਆ ਦੇ ਟੂਰਿਸਟ ਹੁੰਦੇ ਕੀਰਤਨ ਵਗੈਰਾ ਕਰਦੇ ਮੈਨੂੰ ਉਹਨਾਂ ਨੇ 7 ਮਹੀਨੇ ਪਹਿਲਾਂ ਇੱਕ ਬੜੀ ਮਤਲਬ ਤੁੰਬ ਵੀ ਗੱਲ ਕੀ ਉਹਨਾਂ ਦਾ ਘਰ ਜਿਹੜਾ ਦਰਬਾਰ ਸਾਹਿਬ ਐਸ ਜੀ ਪੀ ਸੀ ਨੇ ਉਹਨਾਂ ਨੂੰ ਦਿੱਤਾ ਲੱਗ ਗਏ ਸਵੇਰੇ ਗੁਰੂ ਮਹਾਰਾਜ ਦੀਆਂ ਧੁਨਾਂ ਜਿਹੜੀਆਂ ਅਸੀਂ ਜੀ ਟੀਵੀ ਤੇ ਬੈਠ ਕੇ ਜਾਂ ਪੀ ਟੀ ਸੀ ਤੇ ਸੁਣਦੇ ਉੱਥੇ ਸੁਣਦੇ ਰੋਜ਼ ਤਾਂ ਕਰਦੇ ਉਹ ਮੈਨੂੰ ਕਹਿੰਦਾ ਧਾਲੀਵਾਲ ਸਾਹਿਬ 1 ਲੱਖ ਬੰਦਾ ਆਉਂਦਾ ਜੇ ਰੋਜ਼ ਮੱਥਾ ਟੇਕਦਾ ਜੀ ਅੰਕੜਾ ਅੰਕੜਾ ਮੱਥੇ ਟੇਕਦੇ ਜੇ ਕੋਈ ਪੁੱਤ ਮੰਗਦਾ ਜੇ ਕੋਈ ਕੁਛ ਮੰਗਦਾ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਉਂਦਾ ਗੁਰਾਂ ਦਾ ਨਾਂ ਗੁਰਾਂ ਦੇ ਨਾਂ ਤੇ ਜਿੰਦਾ ਕਹਿੰਦਾ ਮੇਰੀ ਕੁੜੀ ਜਿਹੜੀ ਆ ਮੇਰੀ ਧੀ ਜਿਹੜੀ ਆ 10ਵੀਂ ਚ ਪੜ੍ਹਦੀ ਹੋ ਕਹਿੰਦੀ ਪਾਪਾ ਮੈਂ ਨਹੀਂ ਇੱਥੇ ਰਹਿਣਾ ਦੱਸੋ ਤਾਂ ਇਹ ਤਰਾਸਦੀ ਹੈ ਹਰ ਘਰ ਦੀ ਮਤਲਬ ਰਾਮਦਾਸ ਦੇ ਘਰ ਬੈਠੇ ਇਹੀ ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਸੋਚੋ ਤੇ ਸਰ ਤੁਹਾਡੇ ਚਿੱਟੇ ਕੱਪੜੇ ਪਾਇਆ ਨੂੰ ਤੁਹਾਡੇ ਜਿਹੜੇ ਪੇਚਾ ਵਾਲੀ ਪੱਗ ਨੂੰ ਅਸੀਂ ਕੀ ਕਰੀਏ ਸਾਰੇ ਪੋਲੀਟੀਸ਼ੀਅਨ ਵੱਡੀਆਂ ਗੱਡੀਆਂ ਵੱਡੀਆਂ ਕਾਰਾਂ ਵੱਡੀਆਂ ਕੋਠੀਆਂ ਸਭ ਲਈ ਫਿਰਦੇ ਆ ਪੰਜਾਬ ਇੱਥੋਂ ਚੱਲ ਚੱਲੇ ਰਾਜ ਕਿੰਨਾ ਦੇ ਕਰਿਆ ਕਰੋਗੇ ਮੈਂ ਤੇ ਲੋਕਾਂ ਨੂੰ ਕਹਿੰਦਾ ਸਰਪੰਚੀਆਂ ਨੂੰ ਲੜੀ ਜਾਂਦੇ ਮੈਂ ਕਿਹਾ ਉਹ ਸਰਪੰਚ ਪਿੰਡਾਂ 'ਚ ਤਾਂ ਰਹਿ ਹੀ ਅਮਲੀ ਗਏ ਮਤਲਬ ਜਿਹੜੇ ਅਸਲ ਮੁੰਡੇ ਹੋ ਚਲੇ ਗਏ ਕੋਈ ਸਿਆਣਾ ਕੋਈ ਪੜ੍ਹਿਆ ਲਿਖਿਆ ਰਿਹਾ ਇੱਥੇ ਹੈ ਹੀ ਨਹੀਂ ਉਹ ਜੋ ਵਿਹਲੇ ਰਹਿ ਕੇ ਤਾਸ਼ਾ ਖੇਡਣ ਵਾਲੇ ਜਾਂ ਮੁੰਡੇ ਜਿਹੜੇ ਉਹ ਰਹਿ ਗਏ ਬਿਨਾਂ ਰੁਜ਼ਗਾਰ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਕਿ ਅਸੀਂ ਲੋਕ ਇਹ ਚਾਹੁੰਦੇ ਆ ਕਰਨਾ ਚਾਹੁੰਦੇ ਆ ਉਹ ਕਰਾਂਗੇ ਵੀ ਮੈਨੂੰ ਇਹ ਵਿਸ਼ਵਾਸ ਹੈ ਕਿ ਜਿਹੜੇ ਲੋਕ ਜਹਾਜ਼ਾਂ ਤੇ ਜਾ ਰਹੇ ਚੜ੍ਹ ਰਹੇ ਧੱਕੇ ਨਾਲ ਏਜੰਟਾਂ ਦੇ ਹੱਥੀ ਜਾ ਰਹੇ ਇਹ ਨਾ ਜਾਣ ਪੰਜਾਬ ਨੂੰ ਇੱਦਾਂ ਦਾ ਬਣਾਈਏ ਪੰਜਾਬ ਪੰਜਾਬੀਆਂ ਦਾ ਬਣੇ ਜਾ ਪੰਜਾਬ ਨੂੰ ਇੱਦਾਂ ਦਾ ਰੰਧਾਵਾ ਸਾਹਿਬ ਕਰੀਏ ਕਿ ਹਰ ਬੰਦਾ ਜੰਮਦਾ ਇੱਥੇ ਖੁਸ਼ੀ ਫੀਲ ਕਰੇ ਅਮਰਿੰਦਰ ਸਿੰਘ ਦੀ ਗਵਰਨਮੈਂਟ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਯਤਨ ਸਾਰਥਿਕ ਯਾਰ ਅਮਰੀਕਾ ਵੀ ਛੱਡ ਆਏ ਆ ਮੈਨੂੰ ਲੱਗਦਾ ਨੀ ਇਹ ਕੰਮ ਬਲੇ ਸਮਝਦੇ ਨਹੀਂ ਮੈਂ ਇੱਕ ਦਿਨ ਦਿੱਲੀ ਮੀਟਿੰਗ ਤੇ ਗਿਆ ਆਪਣੀ ਕੋਰ ਕਮੇਟੀ ਦੀ ਸ਼ਤਾਬਦੀ ਤੇ ਗਿਆ ਤੇ ਮੈਂ ਰਸਤੇ ਜਾਂਦਾ ਹੀ ਸੋਚਦਾ ਗਿਆ ਕਿ ਯਾਰ ਇਹ ਜਿਹੜੇ ਕੰਮ ਚ ਆਪਾਂ ਬਦਲ ਜਾਊ ਕੰਮ ਤੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸਿਸੋਦੀਆ ਜੀ ਗੋਪਾਲ ਆਏ ਤੇ ਅਸੀਂ ਕੈਂਡੀਡੇਟ ਸੀਗੇ ਨਾਲ ਜਦੋਂ ਮੀਟਿੰਗ ਖਤਮ ਹੋ ਗਈ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ 3 ਵਜੇ ਸ਼ਤਾਬਦੀ 4:30 ਵਾਪਸ ਆਉਂਦੀ ਤੇ ਅਸੀਂ ਪੰਜਾਬ ਵਾਲੇ 3-4 ਜਾਣੇ ਅਰਵਿੰਦ ਕੇਜਰੀਵਾਲ ਜੀ ਦੇ ਉੱਥੇ ਪਾਰਕ ਦੇ ਲਾਗੇ ਖੜੇ ਗੱਲਾਂ ਕਰਦੇ ਵੀ ਅਸੀਂ ਕਾਲ ਕੀਤੀ ਟੈਕਸੀ ਨੂੰ ਉਹਨੇ ਤੈਨੂੰ ਗੋਪਾਲ ਆਏ ਜੀ ਜਿਹੜੇ ਮਿਨਿਸਟਰ ਨੇ ਕਿਰਪ ਨਾਲ ਨੈਨੋ ਕਾਰ ਅੱਛਾ ਜਨਾਬ ਨੈਨੋ ਕਾਰ ਕਮਾਲ ਹੈ ਹੁਣ ਉਹਨੂੰ ਪਸੰਦ ਹੀ ਕੋਈ ਨਹੀਂ ਕਰਦਾ ਹੁਣ ਬੰਦ ਕਰਨਾ ਪੈ ਗਿਆ ਨੈਨੋ ਕਾਰ ਜਿਹੜੀ ਉਹ ਅੰਦਰੋਂ ਆਏ ਉਹ ਕਹਿੰਦੇ ਧਾਲੀਵਾਲ ਸਾਹਿਬ ਕਿੱਦਾਂ ਖੜੇ ਮੈਂ ਕਿਹਾ ਸਰ ਸ਼ਤਾਬਦੀ ਤੇ ਜਾਣਾ ਅਸੀਂ ਗੱਡੀ ਨੂੰ ਮਤਲਬ ਕੀਤਾ ਕਾਲ ਕੀਤੀ ਆ ਟੈਕਸੀ ਨੂੰ ਤੇ ਆ ਜਾਣੀ ਆ ਕਹਿੰਦੇ ਨਹੀਂ ਮੇਰੀ ਗੱਡੀ ਵਾਪਸ ਆਉਂਦੀ ਤੁਹਾਨੂੰ ਛੱਡ ਗਏ ਬਿਹਤਰ ਉਹੋ ਹੀ ਨੈਨੋ ਕਾਰ ਸਾਨੂੰ ਸਟੇਸ਼ਨ ਤੇ ਛੱਡ ਗਈ ਮਹਾਰਾਜ ਦਿੱਲੀ ਦਾ ਮੰਤਰੀ ਨੈਨੋ ਕਾਰ ਤੇ ਆ ਮੋਤੀਆਂ ਵਾਲੇ ਜਿੰਨਾ ਦਿੱਲੀ ਬਦਲਣੀ ਸੀ ਇੱਕ ਗੰਦਮੈਨ ਆ ਮਨੀਸ਼ ਸਿਸੋਦੀਆ ਦੇ ਨਾਲ 3 ਗੰਦਮੈਨ ਨੇ ਕੇਜਰੀਵਾਲ ਜੀ ਦੇ ਨਾਲ ਬੰਦੇ ਮੂਰਤੀਕਾਰਾਂ ਦੇ ਫਿਰਦੇ ਆ ਇਸ ਕਰਕੇ ਮੈਨੂੰ ਲੱਗਾ ਜੋ ਮੈਂ ਜਾਂਦਿਆਂ ਸੋਚਦਾ ਗਿਆ ਦਿੱਲੀ ਨੂੰ ਜਾਂਦਿਆਂ ਜਦੋਂ ਮੈਂ ਵਾਪਸ ਮੁੜਿਆ ਨੈਨੋ ਤੇ
ਜਦੋਂ ਮੈਂ ਉਹਨਾਂ ਦੇ ਘਰ ਤੋਂ ਅਰਵਿੰਦ ਜੀ ਦੇ ਘਰ ਤੋਂ ਸਟੇਸ਼ਨ ਤੱਕ ਆਇਆ ਤੇ ਨੈਨੋ ਕਾਰ ਨੇ ਮੇਰਾ ਬਦਲਦਾ ਵੀ ਯਾਰ ਅਜੇ ਕੁਝ ਲੋਕ ਹੈਗੇ ਆ ਹੋ ਸਕਦਾ ਕੰਮ ਜਿਹੜੇ ਲੋਕ ਅਜੇ ਨੈਨੋ ਤੇ ਫਿਰਦੇ ਆ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਚਿਹਰਾ ਪ੍ਰਵਾਨਿਤ ਨਹੀਂ ਹੋਊਗਾ ਮੈਨੂੰ ਤਾਂ ਇੰਜ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਇਲੈਕਸ਼ਨ ਦੇ ਵਿੱਚ ਕਿਵੇਂ ਮਹਿਸੂਸ ਕਰਦੇ ਹੋ ਕਿਵੇਂ ਮਨ ਚ ਫੀਲ ਕੀ ਆਉਂਦਾ ਮੈਨੂੰ ਤਾਂ ਲੱਗਦਾ ਕਿ ਨਕਾਰ ਹੋਇਆ ਖੈਰਾ ਦਾ ਛੱਡ ਜਾਣਾ ਤੁਹਾਡੇ ਲਈ ਇੱਕ ਜਿਹੜਾ ਵਾ ਔਰ ਕਿੰਨੇ MLA ਚਲੇ ਗਏ ਹੋਰ ਕਿੰਨੇ ਪੱਧਰਾਂ ਤੇ ਜਿਹੜਾ ਵਾ ਕਿੰਨੇ ਮੋਰਚੇ ਨਵੇਂ ਬਣ ਰਹੇ ਆ ਵੋਟਾਂ ਵੰਡੀਆਂ ਜਾਣਗੀਆਂ ਸ਼ਾਇਦ ਨੁਕਸਾਨ ਹੋਣਗੇ ਗੱਲ ਇਹ ਆ ਦੇਖੋ ਗੱਲ ਇਹ ਕਿ ਤੁਸੀਂ ਇਤਿਹਾਸ ਪੜ੍ਹਿਆ ਪੰਜਾਬ ਦਾ ਪੜ੍ਹਿਆ ਸਿੱਖ ਇਤਿਹਾਸ ਪੜ੍ਹਿਆ ਹਾਂਜੀ ਕਿੰਨੀਆਂ ਜੰਗਾਂ ਹੁੰਦੀਆਂ ਜੀ ਜੰਗਾਂ ਦੇ ਵਿੱਚ ਕਿੰਨੇ ਲੋਕ ਛੱਡ ਗਏ ਜੀ ਇੱਥੋਂ ਤੱਕ ਇੱਕ ਟਾਈਮ ਤੇ ਗੁਰੂ ਗੋਬਿੰਦ ਸਿੰਘ ਨੂੰ ਛੱਡ ਗਏ ਜੀ ਛੱਡ ਗਏ ਨਾ ਬਦਾਵਾ ਦੇ ਗਏ ਬਦਾਵਾ ਦੇ ਗਏ ਹਾਂ ਪਰ ਜੰਗ ਨਹੀਂ ਨਾ ਜੰਗ ਦੇ ਨਾਇਕ ਤੇ ਜੰਗ ਸਿਧਾਂਤਾਂ ਤੇ ਹੋਣੀ ਚਾਹੀਦੀ ਜੀ ਮੈਂ ਕਹਿੰਦਾ ਹਜ਼ਾਰ ਖਹਿਰਾ ਛੱਡ ਦੇ ਪਾਰਟੀ ਜੀ ਪਾਰਟੀ ਦਾ ਨੁਕਸਾਨ ਹੁੰਦਾ ਜੀ ਪਰ ਜੇ ਸਿਧਾਂਤ ਸਹੀ ਹੈ ਕਮਿਟਮੈਂਟ ਸਹੀ ਹੈ ਤੇ ਲੋਕ ਦੁਬਾਰਾ ਕਾਫਲਿਆਂ ਚ ਆਉਣਗੇ ਕਾਫਲੇ ਵੱਧਦੇ ਆ ਕਾਫਲੇ ਵਧਣਗੇ ਕਿਉਂਕਿ ਜਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਜਦੋਂ ਜ਼ੋਰ ਸੀਗਾ ਬੜਾ ਪਾਰਟੀ ਲੋਕ ਭੱਜ ਭੱਜ ਕੇ ਆਏ ਲੋਕਾਂ 'ਚ ਬੜਾ ਉਤਸ਼ਾਹ ਸੀਗਾ ਮੁੱਦੇ ਉਹ ਹੀ ਅੱਜ ਹੀ ਅੱਜ ਵੀ ਮਹਾਰਾਜ ਉਹੋ ਕੁਝ ਹੋ ਰਿਹਾ ਜੋ ਅਕਾਲੀ ਦਲ ਤੋਂ ਲੋਕ ਦੁਖੀ ਸੀਗੇ ਬਿਲਕੁਲ ਅੱਜ ਵੀ ਕੈਪਟਨ ਕੱਲ ਤੁਹਾਡੇ ਸਾਹਮਣੇ ਅਸੀਂ ਮਤਲਬ ਕੱਲ ਦਿਖਾ ਰਹੇ ਆਈ ਜੀ ਨੂੰ ਕਿਹਾ ਫੋਟੋ ਆਪਣੇ ਦਫ਼ਤਰ 'ਚ ਲਾ ਲਾ ਜੀ ਇੱਕ ਸਮਗਲਰ ਬਦਨਾਮ ਸਮਗਲਰ ਦੇ ਨਾਲ ਮੁੱਖ ਮੰਤਰੀ ਦੀਆਂ ਫੋਟੋ ਅਮਰਿੰਦਰ ਗਿੱਲ ਦੀਆਂ ਫੋਟੋ ਭੁੱਲਰ ਦੀਆਂ ਫੋਟੋ ਸੁਖਪਾਲ ਦੀਆਂ ਉਹਦੇ ਪਿਓ ਦੀਆਂ ਫੋਟੋ ਵਿਸੇ ਵਲਟੋਏ ਦੀਆਂ ਵਲਟੋਏ ਦੇ ਮੁੰਡੇ ਦੇ ਕਿੰਨੀਆਂ ਕੁ ਲੀਡਰਾਂ ਦੀਆਂ ਆਹ ਬੰਦੇ ਆ ਜਿਹੜੇ ਨਸ਼ਾ ਵੇਚਦੇ ਯਾਰ ਗੱਲ ਇਹ ਆ ਅੱਜ ਵੀ ਰੰਧਾਵਾ ਸਾਹਿਬ ਲੋਕ ਉਨੇ ਦੁਖੀ ਸੋ ਮੈਨੂੰ ਲੱਗਦਾ ਕਿ ਜੇ ਅਸੀਂ ਇਮਾਨਦਾਰ ਰਹੇ ਸਾਡਾ ਕਾਫਲਾ ਵੀ ਵਧੂਗਾ ਤੇ ਦੁਬਾਰਾ ਲੋਕਾਂ ਦੇ ਅੰਦਰ ਤਬਦੀਲੀ ਵਾਲਾ ਉਤਸ਼ਾਹ ਇੱਕ ਸਵਾਲ ਹੋਰ ਮੈਨੂੰ ਲੱਗਦਾ ਇਹ ਸਿਲਸਿਲਾ ਲੰਬਾ ਚੱਲੂਗਾ ਅਸੀਂ ਤੁਹਾਡੇ ਨਾਲ ਇੱਕ ਸੀਟਿੰਗ ਹੋਰ ਕਰਨੀ ਪੈਣੀ ਹੈ ਲੇਕਿਨ ਮੈਨੂੰ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਮੈਂ ਇੱਕ ਸਵਾਲ ਹੋਰ ਪੁੱਛਣਾ ਹੈ ਕਿ ਮਾਝੇ ਵਾਲੇ ਜਿਹੜੇ ਮੰਨੇ ਜਾਂਦੇ ਆ ਕਿ ਬਹੁਤ ਸਾਥ ਨਹੀਂ ਦਿੰਦੇ ਤਬਦੀਲੀ ਦਾ ਮਜ਼ਾਇਲ ਜਿਹੜੇ ਵੋਟ ਪਾਉਣ ਲੱਗੇ ਕੰਜੂਸੀ ਕਰ ਜਾਂਦੇ ਆ ਔਰ ਖਾਸ ਤੌਰ ਤੇ ਅੰਮ੍ਰਿਤਸਰੋਂ ਗੁਰਦਾਸਪੁਰੋਂ ਕਿਸੇ ਨਵੇਂ ਬੰਦੇ ਨੂੰ ਤੇ ਨਵੀਂ ਪਾਰਟੀ ਨੂੰ ਚੋਣ ਲੜਨੀ ਔਖੀ ਹੁੰਦੀ ਹੈ ਆਸਬੰਦ ਕਿੰਨੇ ਕੋ ਕਿੰਨੇ ਕੁ ਪਰਸੈਂਟ ਵੋਟ ਲੈ ਜਾਓਗੇ ਪੰਜਾਬ ਦੇ ਲੋਕ ਤਾਂ ਵੱਖਰੀ ਗੱਲ ਹੈ ਮਾਲਵੇ ਚ ਜੇ ਮੂਵਮੈਂਟ ਬਣ ਜਾਂਦੀ ਹੈ ਮਾਲਵੇ ਚ ਮੂਵਮੈਂਟ ਬਣ ਜਾਂਦੀ ਹੈ ਪਰ ਮਾਲਵੇ ਵਾਲਿਆਂ ਨੇ ਕੀ ਕੀਤਾ ਮੈਨੂੰ ਕਹਿਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਮਾਲਵੇ ਵਾਲਿਆਂ ਨੇ ਕੀਤਾ ਖਾਸ ਤੌਰ ਤੇ ਬਾਦਲ ਸਾਹਿਬ ਨੇ ਬਾਦਲ ਸਾਹਿਬ ਜਦੋਂ ਵੀ ਮਾਲਵੇ ਚ ਹਾਰਦੇ ਰਹੇ ਜੀ ਉਹ ਮਾਝੇ ਦੇ ਜਿੱਤੇ ਮਾਝੇ ਦੇ ਲੋਕਾਂ ਨੂੰ ਉਹਨਾਂ ਨੇ ਬਹੁਤ ਡਿਵਾਈਡ ਕੀਤਾ ਜੀ ਲੋਕਾਂ ਦੇ ਆਪਸੀ ਸਾਡਾ ਐਕਚੁਅਲੀ ਜਿਹੜਾ ਪੁਰਾਣਾ ਨਾ ਪੁਰਾਣਾ ਜਿਹੜਾ ਸਾਡਾ ਪੁਰਾਣਾ ਹੈਰੀਟੇਜ ਆ ਮਾਝੇ ਦਾ ਜੀ ਉਹ ਬੜਾ ਕਤਲਾਂ ਲੜਾਈਆਂ ਵਾਲਾ ਬਾਰਡਰ ਨੇੜੇ ਸੀਗੇ ਅਬਦਾਲੀ ਇੱਧਰ ਦੀ ਲੰਘਦਾ ਰਿਹਾ ਮੁੜ ਕੇ ਇਹੀ ਪਾਕਿਸਤਾਨਾਂ ਪੰਗੇ ਲੈਂਦੇ ਰਹੇ ਸਮਝ ਲੇਟੈਸਟ ਹੁਣ ਖਾੜਕੂ ਆ ਨਸ਼ਾ ਨਸ਼ਾ ਉਹਨਾਂ ਦੀ ਨਸ਼ਾ ਆ ਗਿਆ ਸਾਨੂੰ ਐਕਚੁਅਲੀ ਇਹ ਇਹ ਚੀਜ਼ਾਂ ਮਾਝੇ ਦੇ ਮਨ ਤੇ ਸਮਝਦੇ ਨਹੀਂ ਗੱਲ ਪਟਿਆਲੇ ਵਾਲਿਆਂ ਨੂੰ ਇਹ ਪ੍ਰੋਬਲਮ ਦਾ ਨਹੀਂ ਪਤਾ ਜੋ ਸਾਨੂੰ ਆ ਜੋ ਇਧਰ ਇਸ ਕਰਕੇ ਨਾ ਇਹ ਇਹਨਾਂ ਨੇ ਡਿਵਾਈਡ ਕੀਤਾ ਤੁਹਾਨੂੰ ਲੱਗਦਾ ਵੀ ਮਾਝੇ ਵਾਲੇ ਭੱਜਦੇ ਨਹੀਂ ਮਾਝੇ ਵਾਲੇ ਭੱਜਦੇ ਨਹੀਂ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਤੁਹਾਨੂੰ ਲੱਗਦਾ ਮਾਝੇ ਵਾਲੇ ਡਰਦੇ ਮਾਝੇ ਵਾਲੇ ਜਿਹੜੇ ਆ ਨਾ ਭੱਜਦੇ ਆ ਨਾ ਡਰਦੇ ਆ ਮਾਝੇ ਵਾਲੇ ਸਾਥ ਦਿੰਦੇ ਆ ਸਿਰਫ ਇਹਨਾਂ ਪੋਲੀਟੀਸ਼ੀਅਨਾਂ ਨੇ ਪਿੰਡਾਂ ਦੇ ਅੰਦਰ ਏਦਾਂ ਦੀਆਂ ਲੜਾਈਆਂ ਏਦਾਂ ਦੀਆਂ ਧੜੇਬੰਦੀਆਂ ਏਦਾਂ ਦੇ ਗੁੱਟ ਬਣਾ ਤੇ ਕਿ ਬੰਦਾ ਮਜਬੂਰ ਹੈ ਬੰਦਾ ਕਹਿੰਦਾ ਯਾਰ ਮੈਂ ਜੇ ਰੰਧਾਵਾ ਇੱਧਰ ਰਹੇ ਕੁਲਦੀਪ ਨਾਲ ਜੇ ਕੁਲਦੀਪ ਇੱਧਰ ਰਹੇ ਇੱਧਰ ਨਹੀਂ ਯਾਰ ਅੱਛਾ ਸਮਝਦੇ ਕਿ ਨਹੀਂ ਗੱਲ ਤੁਸੀਂ ਜੋ ਬਟ ਅਜੇ ਵੀ ਜੋ ਤੁਸੀਂ ਤਸਵੀਰ ਬਣਾ ਰਹੇ ਹੋ ਇਹਦੇ ਵਿੱਚ ਫਿਰ ਇੰਨੀ ਨੈਗੇਟਿਵ ਤਸਵੀਰ ਦੇ ਵਿੱਚ ਪੋਜ਼ਿਟਿਵਿਟੀ ਕਿੱਥੋਂ ਵੇਖਦੇ ਹੋ ਬਸ ਗੱਲ ਇਹੀ ਆ ਹਾਂ ਹੁਣ ਤੁਸੀਂ ਅਸਲ ਪੁਆਇੰਟ ਤੇ ਆਏ ਹੋ ਕਿੱਥੋਂ ਵੇਖਦੇ ਮਹਾਰਾਜ ਇਹ ਵਿਧੀ ਆ ਜਿਹੜੇ ਅੱਜ ਦੇ ਕੁੜੀਆਂ ਮੁੰਡੇ ਪੜ੍ਹੇ ਲਿਖੇ ਬੰਦੇ ਜੀ ਪੜ੍ਹਿਆ ਲਿਖਿਆ ਬਿਲਕੁਲ ਨਹੀਂ ਮਰਿਆ ਮਾਝੇ ਹੈਗਾ ਜਿੰਦਾ ਹੈ ਜੇ ਘਰ ਦੇ ਚਾਰ ਜੀ ਆ ਨਾ ਇੱਕ ਦੇ ਪੜ੍ਹਿਆ ਹੀ ਪੜ੍ਹਿਆ ਤੁਸੀਂ ਘਬਰਾਓ ਨਾ ਔਰ ਜਿਹੜੀਆਂ ਅੱਜ ਦੀਆਂ ਔਰਤਾਂ ਬੜੀਆਂ ਸਿਆਣੀਆਂ ਆ ਝਾੜੂ ਉਹਨਾਂ ਦੇ ਹੱਥ 'ਚ ਉਹਨਾਂ ਨੂੰ ਪਤਾ ਹੈ ਵੀ ਜੇ ਘਰ ਸਾਫ਼ ਹੁੰਦਾ ਤੇ ਸਿਆਸਤ ਦੀ ਗੰਦਗੀ ਵੀ ਇਹਦੇ ਨਾਲ ਹੀ ਸਾਫ਼ ਹੋਣੀ ਹੈ ਇਸ ਕਰਕੇ ਪੋਜ਼ਿਟਿਵ ਚੀਜ਼ਾਂ ਬਹੁਤ ਪਈਆਂ ਮਾਝੇ ਦੇ ਦੋਸਤੋ ਅਸੀਂ ਧਾਲੀਵਾਲ ਸਾਹਿਬ ਨਾਲ ਕੁਛ ਹੋਰ ਗੱਲਾਂ ਕਰਨੀਆਂ ਨੇ ਧਾਲੀਵਾਲ ਸਾਹਿਬ ਨੂੰ ਇਹ ਵੀ ਪੁੱਛਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਜਦੋਂ ਛੱਡ ਕੇ ਜਾਂਦਾ ਹੈ ਤੇ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਵਿਲਨ ਵਰਗੇ ਰੂਪ 'ਚ ਆ ਜਾਂਦੀ ਸੀ ਖਲਨਾਇਕ ਬਣ ਜਾਂਦੇ ਸਾਰੇ ਚਿਹਰੇ ਔਰ ਸਾਰੀ ਪੰਜਾਬ ਦੀ ਜਿਹੜੀ ਜਨਤਾ ਇਹ ਸੋਚਦੀ ਸੀ ਵੀ ਖਹਿਰਾ ਨਾਇਕ ਆ ਖਹਿਰਾ ਜਿਹੜਾ ਵਾ ਇਹਨਾਂ ਦਾ ਵਿਕਟਿਮ ਹੈਗਾ ਔਰ ਉਹਦੇ ਨਾਲ ਹਮਦਰਦੀ ਦੀ ਇੱਕ ਲਹਿਰ ਜਾਂਦੀ ਬਠਿੰਡੇ ਦੇ ਵਿੱਚ ਇੱਕ ਵੱਡਾ ਕਾਫਲਾ ਉਹਦੇ ਨਾਲ ਤੁਰਦਾ 50,000 ਤੋਂ ਵੱਧ ਦੀ ਗਿਣਤੀ 'ਚ ਇਕੱਠ ਸੀਗਾ ਲੇਕਿਨ ਹੌਲੀ 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 ਖਹਿਰਾ ਆਪਣੀ ਹੋਮੇ ਨਾਲ ਪਛਾਣ ਆਇਆ ਇਹ ਕੋਈ ਦੋਰਾਵਾਂ ਨਹੀਂ ਕੀ ਤੁਸੀਂ ਆਪਣੇ ਨਿਘਾਰ ਨੂੰ ਖਹਿਰੇ ਦੀ ਇਸ ਹੋਮੇ ਨਾਲ ਅੱਗੇ ਆਉਂਦਾ ਵੇਖਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਗੇਨ ਕਰੋਗੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੀ ਮੈਂ ਕਿਉਂਕਿ ਅਮਰੀਕਾ ਚੋਂ ਆਇਆ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਕਨੇਡਾ ਅਮਰੀਕਾ ਇੰਗਲੈਂਡ 'ਚ ਤੁਹਾਡੇ ਅੱਗੇ ਬੜੇ ਮਿੱਤਰ ਆ ਜੀ ਤੇ ਜਦੋਂ ਮੈਂ ਆਇਆ ਸੀ ਛੱਡ ਕੇ ਉਦੋਂ ਵੀ ਮੇਰੇ ਬੜੇ ਸਪੋਰਟਰ ਹੁਣ ਵੀ ਬੜੇ ਸਪੋਰਟਰ ਬਿਲਕੁਲ ਪਰ ਮੇਰੇ ਬਹੁਤ ਸਾਰੇ ਇਹਨਾਂ ਦੀ ਦੋਸਤਾਂ ਨੇ ਜਦੋਂ ਖਹਿਰਾ ਸਾਹਿਬ ਨੇ ਬਿਗਲ ਵਜਾਇਆ ਪਾਰਟੀ ਦੇ ਖਿਲਾਫ਼ ਜੀ
ਤੇ ਮੈਨੂੰ ਬਹੁਤ ਸਾਰੇ ਸਵਾਲ ਕੀ ਸੀ ਸਵਾਲ ਉਹਨਾਂ ਦੇ ਸਵਾਲ ਉਹਨਾਂ ਦਾ ਇਹ ਸੀ ਤੁਸੀਂ ਦਿੱਲੀ ਦਾ ਕਿ ਪੰਜਾਬ ਦਾ ਔਰ ਕਈਆਂ ਨੇ ਇਹੋ ਜਿਹੇ ਪੈਗ ਬੀ ਕੇ ਮੈਨੂੰ ਗਾਲਾਂ ਵੀ ਕੱਢਣੀਆਂ ਮੈਂ ਕਿਹਾ ਮੈਂ ਪੰਜਾਬ ਦੇ ਨਾਲ ਹਾਂ ਪਰ ਮੈਂ ਖਹਿਰੇ ਨਾਲ ਮੈਂ ਖਹਿਰੇ ਨਾਲ ਕਦੇ ਵੀ ਨਹੀਂ ਜਾ ਸਕਦਾ ਦੇਖੋ ਮੈਂ ਉਦੋਂ ਲੋਕਾਂ ਨੂੰ ਕਹਿੰਦਾ ਸੀ ਕਿ ਇਹ ਨਹੀਂ ਕਿ ਗੱਲ ਬਣਨੀ ਮਹਾਰਾਜ ਜੋ ਤੁਸੀਂ ਸਮਝਦੇ ਹੋ ਜਿੰਨਾ ਬੰਦੇ ਚ ਹਉਮੈ ਅਹੰਕਾਰ ਮੈਂ ਕਹਿੰਦਾ ਵੀ ਖਹਿਰਾ ਹੀ ਪੰਜਾਬ ਦੀ ਧਰਤੀ ਤੇ ਮੇਰਾ ਦੋਸਤ ਹੈ ਉਹ ਬਹੁਤ ਬਹੁਤ ਚੰਗਾ ਬੰਦਾ ਪਰ ਮੈਨੂੰ ਇਹ ਲੱਗਦਾ ਉਹੀ ਇੱਕ ਲਾੜਲਾ ਪੁੱਤਰ ਜੰਮਿਆ ਮਾਂ ਨੇ ਜਿਹੜਾ ਕਹਿੰਦਾ ਕਿ ਮੈਂ ਦੋਸਤ ਹਾਂ ਬਾਕੀ ਸਾਰੀ ਦੁਨੀਆ ਫੇਲ ਹੈ ਪੰਜਾਬ ਦੇ ਵਿੱਚ ਇੱਕ ਪਾਰਟੀ ਖੜੀ ਕਰ ਦੇਣਾ ਪੰਜਾਬ ਏਦਾਂ ਕਰ ਦੇਣਾ ਜੀ ਪੰਜਾਬ ਨੂੰ ਏਦਾਂ ਕਰ ਦੇਣਾ ਆਏ ਕਿੱਥੇ ਆ ਇੱਕ ਸੀਟ ਤੇ ਫਰੀਦਕੋਟ ਦੇ ਮਾਸਟਰ ਬਲਦੇਵ ਸਿੰਘ ਆਪ ਹੁਣ ਕਹਿੰਦੇ ਸੀ ਬਠਿੰਡੇ ਨਹੀਂ ਲੜਦੀ ਬਾਕੀ ਵੜਤੀਆਂ ਇੱਧਰ ਕਾਮਰੇਡਾਂ ਨੂੰ ਇੱਧਰ ਕਾਮਰੇਡਾਂ ਨੂੰ ਖਡੂਰ ਸਾਹਿਬ ਉਹ ਦੂਜੇ ਤੀਜੇ ਦੇਤੀ ਹੁਣ ਖਹਿਰੇ ਦੀ ਪਾਰਟੀ ਕਿੱਥੇ ਗਈ ਫਰੀਦਕੋਟ ਪ੍ਰੈਕਟੀਕਲੀ ਕਿੱਥੇ ਗਈ ਜੀ ਅੱਜ ਤੋਂ 8 ਮਹੀਨੇ ਪਹਿਲਾਂ ਖਹਿਰਾ ਸਾਹਿਬ ਜੁਲਾਈ ਮਹੀਨੇ ਚ ਜੋ ਬੋਲਦੇ ਸੀ ਅੱਜ ਕਿਉਂ ਨੀ ਉਦਾਂ ਬੋਲਦੇ ਜੀ ਕਿਉਂਕਿ ਇਹ ਸਭ ਚੀਜ਼ਾਂ ਹੰਕਾਰ ਦੀਆਂ ਹੋਮੀ ਦੀਆਂ ਪੰਜਾਬ ਅੰਦਰੋਂ ਨਹੀਂ ਸੀਗਾ ਜਦ ਇੱਕ ਐਪੋਜੀਸ਼ਨ ਦੀ ਉਹ ਲੀਡਰ ਹੀ ਖੋਲੀ ਤੇ ਤੜਫ ਹੋ ਗਏ ਜੀ ਪੰਜਾਬ ਨਾਲ ਧੱਕਾ ਜੀ ਮਰ ਗਏ ਜੀ ਲੁੱਟੇ ਗਏ ਜੀ ਹੁਣ ਕਿੱਥੇ ਧੱਕੇ ਗਏ ਯਾਰ ਹੁਣ ਪਾਰਟੀ ਵੀ ਦੂਜੇ ਬੰਦੇ ਦੇ ਨਾਂ ਤੇ ਰਜਿਸਟਰ ਕਰਾਈ ਆਪਣੀ ਸਾਰਾ ਝੂਠ ਬਾਹਰ ਆ ਗਿਆ ਸਿੰਘਦੀਪ ਸੰਧੂ ਦੇ ਨਾਂ ਤੇ ਪਾਰਟੀ ਰਜਿਸਟਰ ਦੇ ਪ੍ਰਧਾਨ ਹੋਆ ਕਰ ਗਿਆ ਆਪ ਲੋਕਾਂ ਨੂੰ ਝੂਠ ਬੋਲੀ ਜਾਂਦੇ ਯਾਰ ਪਰ ਇਹ ਚੀਜ਼ਾਂ ਨਹੀਂ ਚੱਲਣੀਆਂ ਲੰਮਾ ਸਮਾਂ ਨਹੀਂ ਮਹਾਰਾਜ ਚੱਲਣਾ ਪੰਜਾਬ ਅੰਦਰ ਚਾਹੀਦਾ ਮਹਾਰਾਜ ਜਿਹੜੇ ਜਿਹੜੀ ਪਰਮਜੀਤ ਖਾਲੜਾ ਨੂੰ ਹੁਣ ਕੈਂਡੀਡੇਟ ਬਣਾਇਆ ਉਹਨਾਂ ਨੇ ਬੀਬੀ ਖਾਲੜਾ ਨੂੰ ਉਹਨਾਂ ਦਾ ਪਤੀ ਮੇਰਾ ਦੋਸਤ ਸੀਗਾ ਜਸਵੰਤ ਖਾਲੜਾ ਜੀ ਚੰਗੀ ਚੰਗੀ ਪਤਨੀ ਆ ਉਹ ਮਹਾਰਾਜ ਜਦੋਂ ਖਾਲੜਾ ਮਾਰਿਆ ਉਦੋਂ ਖੈਰਾ ਕਿਹਦੇ ਨਾਲ ਸੀ ਉਦੋਂ ਸਰਦਾਰ ਬਿੰਦ ਸਿੰਘ ਦੇ ਨਾਲ ਸੀ ਉਦੋਂ ਪੂਲੇ ਦਾ ਯਾਰ ਸੀ ਉਦੋਂ ਸੈਣੀ ਦਾ ਯਾਰ ਸੀ ਉਦੋਂ ਖੈਰਾ ਸਾਹਿਬ ਕਿੱਥੇ ਜੀ ਗੱਲਾਂ ਯਾਰ ਆਪਾਂ ਉਦਾਂ ਹੀ ਕਰੀ ਜਾਂਦੇ ਹਾਂ ਫੇਸਬੁੱਕ ਸੋਸ਼ਲ ਮੀਡੀਆ ਦੇਖੋ ਲੋਕਾਂ ਨੇ ਕੱਢ ਕੱਢ ਕੇ ਲੈਂਦੀਆਂ ਕਿ ਆਹ ਬਿੰਦ ਸਿੰਘ ਦੇ ਨਾਲ ਖੜੇ ਆ ਹੁਣ ਕਹਿੰਦੇ ਜੀ ਉਹਦੀ ਕਿਆ ਬਾਤ ਜੀ ਉਹ ਬੀਬੀ ਬਹੁਤ ਵਧੀਆ ਜੀ ਬੜੀ ਅਸੀਂ ਤੇ ਜੀ ਏਦਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਯਾਰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਏਡੇ ਪੰਜਾਬੀ ਤੁਸੀਂ ਪੰਜਾਬੀਆਂ ਨੂੰ ਮੂਰਖ ਸਮਝਦੇ ਹੋ ਯਾਰ ਕਿ ਮੈਂ 10 ਸਾਲ ਪਹਿਲਾਂ ਕੁਛ ਕਹਿੰਦਾ ਅੱਜ ਕੁਛ ਕਹੀ ਜਾਂਦਾ 5 ਸਾਲ ਪਹਿਲਾਂ ਕੁਛ ਕਹਿੰਦਾ ਅੱਜ ਮੈਂ ਕਹੂੰਗਾ ਕੇਜਰੀਵਾਲ ਬਹੁਤ ਚੰਗਾ ਅਗਲੇ ਦਿਨ ਮੈਂ ਮਹੀਨੇ ਬਾਅਦ ਮੈਂ ਗਾਲਾਂ ਕੱਢਣ ਲੱਗ ਜੂ ਲੋਕ ਸਮਝਦੇ ਆ ਮਹਾਰਾਜ ਰੰਧਾਵਾ ਸਾਹਿਬ ਲੋਕਾਂ ਨੂੰ ਪਤਾ ਆ ਕਿ ਬੰਦਾ ਬੈਕਗਰਾਉਂਡ ਕੀ ਹੈ ਬੰਦੇ ਜੀ ਸੋ ਮੈਨੂੰ ਲੱਗਦਾ ਕਿ ਖੈਰਾ ਸਾਹਿਬ ਦਾ ਯੁੱਗ ਖਤਮ ਹੋ ਗਿਆ ਲੇਕਿਨ ਆਪਾਂ ਜੇ ਖੈਰੇ ਤੋਰੇ ਨੂੰ ਆਈਏ ਨਾ ਖੈਰੇ ਨੇ 100 ਗਲਤੀਆਂ ਕੀਤੀਆਂ ਲੇਕਿਨ ਬਹੁਤ ਸਾਰੇ ਚੰਗੇ ਕੰਮ ਤੁਸੀਂ ਵੀ ਨਹੀਂ ਕੀਤੇ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਮੰਨ ਲਓ ਉਹ ਬੰਦਾ ਵੱਖ ਹੁੰਦਾ ਸੀਗਾ ਤੇ ਉਹ ਸੁਲਾ ਸਫਾਈ ਵਾਲੀ ਗੱਲ ਕਿਸੇ ਵੀ ਪੱਧਰ ਤੇ ਨਹੀਂ ਚੱਲੀ ਉਦੋਂ ਚੱਲੀ ਜਦੋਂ ਮੈਨੂੰ ਲੱਗਦਾ ਹੈ ਕਿ ਦਿਖਾਉਣ ਦੀ ਖਾਤਰ ਕਿ ਅਸੀਂ ਇੰਨੇ ਵੀ ਇਹਨਾਂ ਲੋਕਾਂ ਦੀ ਨਜ਼ਰ 'ਚ ਵਿਲਨ ਨਾ ਬਣ ਜਾਈਏ ਔਰ ਸਿੰਸੀਅਰ ਐਫਰਟਸ ਨਹੀਂ ਹੋਏ ਜੇ 20 MLA ਸੀ ਚੋ ਖੈਰਾ 2 ਲੈ ਜਾਂਦਾ ਘੱਟੋ ਘੱਟ ਤੁਸੀਂ 18 ਤਾਂ 17 ਤਾਂ ਰਹਿ ਜਾਂਦੇ ਅੱਜ ਵੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਯਤਨ ਨਹੀਂ ਕਰ ਰਹੀ ਔਰ ਮੈਨੂੰ ਇਹ ਵੀ ਲੱਗਦਾ ਕਿ ਖੈਰੇ ਨੂੰ ਵੀ ਮਨਾਇਆ ਜਾ ਸਕਦਾ ਹੈ ਕਾਹਦੀ ਮਹਾਰਾਜ ਅੱਜ ਵੀ ਪਾਰਟੀ ਯਤਨ ਔਰ ਕਵਰ ਸੰਧੂ ਜੀ ਮਾਨਾ ਚਾਹੀਏ ਜੀ ਸਾਰੇ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਪਾਰਟੀ ਦੇ ਨਾਲ ਹੋਣ ਬਾਅਦ ਸਾਡੇ MLA ਉਹਨਾਂ ਬੜਾ ਠੋਕ ਕੇ ਕਿਹਾ ਹੁਣ ਵੀ ਪਾਰਟੀ ਦੀ ਮਤ ਕਰਨਗੇ ਉਹਨਾਂ ਕਿਹਾ ਸੀ ਨਹੀਂ ਖੈਰੇ ਦੇ ਨਾਲ ਉਹਨਾਂ ਕਿਹਾ ਸੀ ਆਮ ਆਦਮੀ ਪਾਰਟੀ ਦੇ ਨਾਲ ਕਿਹਾ ਕਵਰ ਜੀ ਨੇ ਕਿਹਾ ਸੰਧੂ ਜੀ ਨੇ ਮਾਨਾ ਚਾਹੀਏ ਨੇ ਕਿਹਾ ਸਾਰਿਆਂ ਨੇ ਕਿਹਾ ਉਹ ਗਏ ਨੀ ਖੈਰਾ ਸਾਹਿਬ ਦੇ ਨਾਲ ਜੀ ਬਤੌਰ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਦੇ ਬਾਰੇ ਚ ਕੀ ਵਿਊ ਪੁਆਇੰਟ ਕੀ ਹੈ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਇੱਕ ਕੈਂਡੀਡੇਟ ਵਜੋਂ ਜਾਣਾ ਹੈ ਲੋਕਾਂ ਨੂੰ ਕਿਹੜੀਆਂ 4 ਗੱਲਾਂ ਐਸੀਆਂ ਕਰਨੀਆਂ ਜਿਨ੍ਹਾਂ ਦੇ ਆਧਾਰ ਤੇ ਉਹ ਤੁਹਾਨੂੰ ਵੋਟ ਪਾਉਣ ਮੈਂ ਤੇ ਤੁਹਾਨੂੰ ਇਹ ਕਹੂੰਗਾ ਕਿ ਪੰਜਾਬ ਇਸ ਵੇਲੇ ਜੀ ਇਹੋ ਜਿਹੇ ਚਿਰਾਏ ਤੇ ਖੜਾ ਨਾ ਜੀ ਕਿ ਪੰਜਾਬ ਦਾ ਕਿਤੇ ਉਹ ਤੁਹਾਨੂੰ ਥੱਲੇ ਜਦੋਂ ਰੰਧਾਵਾ ਸਾਹਿਬ ਜਾਂਦੇ ਨਾ ਆਪਾਂ ਲੋਕਾਂ ਚ ਜੀ ਫਿਰ ਤੁਹਾਨੂੰ ਲੱਗਦਾ ਕਿ ਯਾਰ ਪੰਜਾਬ ਇੰਨਾ ਤਬਾਹ ਹੋ ਗਿਆ ਜੀ ਇੰਨਾ ਖਤਮ ਹੋ ਗਿਆ ਹਰ ਪਾਸਿਓ ਜੀ ਅਖਲਾਕ ਦੇ ਪਾਸਿਓ ਹੀ ਮਰ ਗਏ ਜੀ ਆਰਥਿਕ ਪੱਖੋਂ ਹੀ ਮਰ ਗਏ ਸੋਸ਼ਲੀ ਇਹੀ ਮਰ ਗਏ ਕੀ ਬੋਲ ਪੰਜਾਬ ਨਾ ਜੇ ਤੁਸੀਂ ਪੰਜਾਬ ਨੂੰ ਪੂਰਾ ਇਸ ਲਈ ਰੀਡ ਕਰੋ ਬਹੁਤ ਬੁਰੀ ਹਾਲਤ ਪੰਜਾਬ ਦੀ ਕੋਈ ਨੁੱਕਰ ਸੌਖੀ ਨਹੀਂ ਪਾਣੀ 5 ਦਰਿਆਵਾਂ ਦਾ ਧਰਤੀ ਦਾ ਖਤਮ ਹੋ ਗਿਆ ਯਾਰ ਪੋਲਿਊਟ ਹੋ ਗਿਆ ਪਾਣੀ ਸਾਰਾ ਜੀ ਜੀ ਖੁਦਕਸ਼ੀਆਂ ਕਰ ਰਹੇ ਕਿੱਥੇ ਕਿੱਥੇ ਕੀ ਦੱਸੀ ਪੂਰਾ ਜਿੱਦਾਂ ਕਈ ਵਾਰ ਇੱਥੇ ਤਾਂ ਨਹੀਂ ਮੈਂ ਇੱਦਾਂ ਵੇਖਿਆ ਅਮਰੀਕਾ ਦੇ ਵਿੱਚ ਜੇ ਕਿਸੇ ਬੰਦੇ ਨੂੰ ਦਾਖਲ ਕਰਾ ਦਿੰਦਾ ਹਸਪਤਾਲ ਦੇ ਵਿੱਚ ਜੀ ਉਹਦੇ ਸਾਰੇ ਸਰੀਰ ਦੇ ਉੱਤੇ ਟੂਟੀਆਂ ਲਾ ਦਿੰਦੇ ਜੀ ਸੋਰੀ ਇੱਥੇ ਦੇ ਡਾਕਟਰ ਘੱਟ ਲਾਉਂਦੇ ਆਕਸੀਜਨ ਦੂਜਾ ਤੀਜਾ ਗਿੱਟਾਂ ਕਿੱਦਾਂ ਕਿੰਨੇ ਲਾ ਦਿੰਦੇ ਜੀ ਇਸ ਲਈ ਪੰਜਾਬ ਨੂੰ ਓਨੀਆਂ ਟੂਟੀਆਂ ਲੱਗੀਆਂ ਜੇ ਜਿੰਨਾ ਅਮਰੀਕਾ ਚ ਇੱਕ ਮਰੀਜ਼ ਨੂੰ ਕੈਨੇਡਾ ਚ ਜਾਂ ਯੂਰਪ ਦੇ ਹਸਪਤਾਲਾਂ ਚ ਲੱਗਦਾ ਚੰਗੇ ਬੰਦੇ
ਰੰਧਾਵਾ ਸਾਹਿਬ ਚੰਗੇ ਬੰਦੇ ਸਿਆਸਤ ਦੇ ਵਿੱਚ ਨਾ ਆਏ, ਲੋਕਾਂ ਨੇ ਚੰਗੇ ਸਿਆਸਤਦਾਨਾਂ ਨੂੰ ਪਹਿਲ ਨਾ ਦਿੱਤੀ, ਉਹਨਾਂ ਚਿਰ ਤੱਕ ਇਹਦਾ ਹਾਲ ਨਹੀਂ ਹੋ ਸਕਦਾ। ਔਰ ਮੈਨੂੰ ਉਮੀਦ ਹੈ ਕਿ ਲੋਕ ਇੰਨੇ ਦੁਖੀ ਨੇ, ਪੰਜਾਬ ਦੀਆਂ ਮਾਵਾਂ ਇੰਨੀਆਂ ਦੁਖੀ ਨੇ, ਦੋ ਹੀ ਚੀਜ਼ਾਂ ਦੇਖਦੀਆਂ, ਜਾਂ ਤਾਂ ਜਲ ਦੇਖੀ ਜਾਂਦੀ ਕੁੜੀਆਂ ਮੁੰਡੇ ਉਧਰ ਨੂੰ ਚਲੇ, ਬਿਲਕੁਲ ਜਿਹੜੇ ਇੱਥੇ ਬਚੇ ਆ, ਜਾਂ ਮਾਵਾਂ ਜਦੋਂ ਪੁੱਤ ਘਰ ਆਉਂਦੇ ਉਹਨਾਂ ਦੀਆਂ ਪੈਂਟ ਤੇ ਜੈਕਟਾਂ ਫੋਲਦੀਆਂ ਕਿ ਇਹਦੇ ਨਸ਼ੇ ਵਾਲੇ ਟੀਕੇ ਟੀਕੇ ਤਾਂ ਨਹੀਂ। ਹਾਂ, ਇਸ ਕਰਕੇ ਜਿਹੜੀ ਇੰਨੀ ਦੁਖੀ ਪੰਜਾਬ ਦੀ ਮਾਂ ਆ, ਚੱਲ ਉਹਦੀ ਹਾ ਜਿਹੜੀ ਨਾ ਇਹਨਾਂ ਨੂੰ ਲੱਗ ਜਾਣੀ ਹੈ, ਜਿਹੜੇ ਜਿਹਨਾਂ ਨੇ ਪੰਜਾਬ 'ਚ ਗੰਦ ਪਾਇਆ। ਧਾਲੀਵਾਲ ਸਾਹਿਬ ਬਹੁਤ ਧੰਨਵਾਦ ਤੁਹਾਡਾ। ਔਰ ਦੋਸਤੋ, ਅਸੀਂ ਧਾਲੀਵਾਲ ਸਾਹਿਬ ਨਾਲ ਇੱਕ ਸਿਲਸਿਲਾ ਹੋਰ ਕਰਨਾ ਹੈ, ਜਿੰਨੇ ਵੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਜਾਂ ਹੋਣ ਵਾਲੇ ਉਮੀਦਵਾਰ ਆ, ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਤਾਂ ਉਮੀਦਵਾਰ ਦਿੱਤੇ ਹੀ ਨਹੀਂ। ਪਹਿਲਾਂ ਬੜਿਆਂ ਦੀ ਤਿਆਰੀ ਸੀਗੀ, ਲੇਕਿਨ ਜਦੋਂ ਪੰਜਾਬ ਦੀ ਇਲੈਕਸ਼ਨ ਸਭ ਤੋਂ ਲਾਸਟ ਵਿੱਚ ਚੋਣ ਕਮਿਸ਼ਨ ਨੇ ਰੱਖਤੀ ਅਤੇ ਲੋਕਾਂ ਨੇ ਆਪਣੀਆਂ ਜਿਹੜੀਆਂ ਪ੍ਰਾਇਰਟੀਜ਼ ਵੀ ਬਦਲ ਲਈਆਂ, ਸੋ ਮੈਨੂੰ ਇੰਝ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਜਿਹੜੇ ਅਨਾਊਂਸ ਹੋਏ ਆ, ਬਾਕੀ ਪਾਰਟੀਆਂ ਦੇ ਉਮੀਦਵਾਰ ਅਜੇ ਅਨਾਊਂਸ ਨਹੀਂ ਹੋਏ। ਅਸੀਂ ਚਾਹਾਂਗੇ ਕਿ ਉਹਨਾਂ ਉਮੀਦਵਾਰਾਂ ਨਾਲ ਵੀ ਗੱਲ ਕਰੀਏ, ਲੇਕਿਨ ਇੱਕ ਵਾਰੀ ਅਸੀਂ ਧਾਲੀਵਾਲ ਸਾਹਿਬ ਨਾਲ, ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨਾਲ ਇੱਕ ਸਿਲਸਿਲਾ ਹੋਰ ਬਣਾਵਾਂਗੇ ਕਿ ਪੰਜਾਬ ਦੇ ਮੁੱਦੇ ਦਰਅਸਲ ਐਡਰੈਸ ਕਿਵੇਂ ਹੋਣ, ਇਹ ਜਿੰਨੇ ਮਿਸਾਈਲ ਨੇ, ਜਿੰਨੀਆਂ ਮੁਸ਼ਕਲਾਂ ਨੇ, ਜਿਹੜੇ ਮੁੱਦੇ ਤੁਸੀਂ ਗਣਾਉਂਦੇ ਹੋ, ਇਹਨਾਂ ਦੇ ਹੱਲ ਲਈ ਕੀ ਕੀਤਾ ਜਾ ਸਕਦਾ ਹੈ, ਔਰ ਪਾਰਟੀ ਦੀਆਂ ਅੰਦਰੂਨੀ ਗੱਲਾਂ, ਖੈਰੇ ਦਾ ਜਾਣਾ ਔਰ ਭਗਵੰਤ ਮਾਨ ਦੀ ਵੀ ਹੋਮੇ ਆ, ਪੰਜਾਬ ਦਾ CM ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਆਮ ਆਦਮੀ ਪਾਰਟੀ ਅਗਲੇ ਸਮੇਂ 'ਚ ਕਿਸ ਤਰੀਕੇ ਨਾਲ ਆਪਣਾ ਵਿਸਥਾਰ ਕਰੂਗੀ, ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਹਿਬ, ਗੱਲ ਇਹ ਜੀ ਕਿ ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੋਈ। ਥੈਂਕ ਯੂ। ਅਜੇ ਜਿਹੜੇ ਕੈਂਡੀਡੇਟ ਅਨਾਊਂਸ ਨਹੀਂ ਹੋਏ, ਤੁਹਾਨੂੰ ਉਹਨਾਂ ਬਾਰੇ ਵੀ ਚਿੰਤਾ? ਬਿਲਕੁਲ, ਸਾਨੂੰ ਤਾਂ ਅਨਾਊਂਸ ਹੋਏ ਜੀ 5 ਮਹੀਨੇ ਹੋ ਗਏ ਜੀ। ਬਿਲਕੁਲ, ਅਸੀਂ ਆਪਣੇ ਲੀਡਰ ਦੇ ਸ਼ਬਦਾਂ ਤੇ ਕਹਿਆਂ ਤੇ ਅਸੀਂ ਮੈਦਾਨ 'ਚ ਡਟੇ ਪਏ, ਤੁਸੀਂ ਕਿਹਾ ਔਖੀਆਂ ਘੜੀਆਂ, ਬੰਦਾ ਉਹੀ ਹੁੰਦਾ ਜਿਹੜਾ ਔਖੀਆਂ ਘੜੀਆਂ। ਔਰ ਕੁਲਦੀਪ ਸਿੰਘ ਧਾਲੀਵਾਲ ਵਰਗੇ ਚਿਹਰੇ ਸਾਫ ਸੁਥਰੇ, ਅਜੇ ਦੇਖੋ ਸੱਤਾ 'ਚ ਆਉਣ ਤੋਂ ਬਾਅਦ ਕਿਸ ਤਰ੍ਹਾਂ ਦਾ ਚਿਹਰਾ ਇਹਨਾਂ ਦਾ ਬਦਲਦਾ ਮੈਨੂੰ ਨਹੀਂ ਪਤਾ, ਲੇਕਿਨ ਅਜੇ ਸਾਫ ਸੁਥਰੇ ਚਿਹਰੇ ਨੇ। ਅਸੀਂ ਚਾਹਾਂਗੇ ਕਿ ਪੰਜਾਬ ਨੂੰ ਸਟੱਡੀ ਕਰਨ, ਪੰਜਾਬ ਦੇ ਕਲਚਰ, ਪੰਜਾਬ ਦੀ ਸਿਆਸਤ, ਪੰਜਾਬ ਦੇ ਇਤਿਹਾਸ ਨੂੰ ਪੜ੍ਹਨ, ਔਰ ਉਸ ਨਜ਼ਰੀਏ ਤੋਂ ਇੱਥੇ ਦੀ ਮਰਜ਼ ਨੂੰ ਐਡਰੈਸ ਕਰਨ, ਸ਼ਾਇਦ ਪੰਜਾਬ ਦਾ ਭਲਾ ਹੋਵੇ, ਸ਼ਾਇਦ ਜਹਾਜ਼ਾਂ 'ਚ ਉੱਡਦੇ ਬੱਚੇ ਕਦੇ ਵਤਨ ਵੀ ਮੁੜਨ, ਕਦੇ ਇੱਥੇ ਜ਼ਮੀਨਾਂ ਨਾ ਵਿਕਣ, ਮਾਂ ਬਾਪ ਜਿਹੜੇ ਆ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰਨ ਨਾ, ਇਸ ਤਰ੍ਹਾਂ ਦਾ ਵਾਤਾਵਰਨ ਕਾਸ਼ ਇਹ ਪੋਲੀਟੀਸ਼ੀਅਨ ਦੇਣ, ਇਹ ਸਿਆਸਤਦਾਨ ਦੇਣ। ਸੋ ਅਸੀਂ ਆਸ ਕਰਾਂਗੇ, ਔਰ ਨੈਕਸਟ ਅਸੀਂ ਤੁਰੰਤ ਤੁਹਾਡੇ ਨਾਲ ਇੱਕ ਹੋਰ ਕੈਂਡੀਡੇਟ ਨਾਲ ਮਿਲਦੇ ਹਾਂ ਜੀ। ਧੰਨਵਾਦ।